ਸਤਿ ਸ਼੍ਰੀ ਅਕਾਲ ਜੀ ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਪ੍ਰੋਗਰਾਮ ਅੱਜ ਦਾ ਪੰਜਾਬ ਦੇ ਵਿੱਚ ਸਾਡੇ ਅੱਜ ਦੇ ਸਪੈਸ਼ਲ ਗੈਸਟ ਨੇ ਨੈਸ਼ਨਲ ਅਵਾਰਡੀ ਸਰਪੰਚ ਐਂਡ ਚੈਂਪੀਅਨ ਆਫ ਚੇਂਜ ਪੰਥਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਪੰਥ ਜੀ ਸਤਿ ਸ਼੍ਰੀ ਅਕਾਲ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮੱਚ ਅੱਜ ਤੁਸੀਂ ਮੈਨੂੰ ਇੱਥੇ ਮੌਕਾ ਦਿੱਤਾ ਹਨ ਥੈਂਕ ਯੂ ਫਰਸਟ ਆਫ ਆਲ ਕੰਗ੍ਰੈਚੁਲੇਸ਼ਨਸ ਮੈਂ ਤੁਹਾਡੇ ਬਾਰੇ ਪੜ ਰਹੀ ਸੀ ਇੰਨੇ ਸਾਰੇ ਅਵਾਰਡਸ ਤੁਸੀਂ ਅਵਾਰਡ ਆਫ ਆਨਰ ਐਂਡ ਨੈਸ਼ਨਲ ਅਵਾਰਡਸ ਜਿੱਤੇ ਨੇ ਵਿਦਨ 3 ਇਅਰਸ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ 7 ਨੈਸ਼ਨਲ ਅਵਾਰਡਸ ਯੂ ਗੋ ਉਹਦੇ ਬਾਰੇ ਕੁਝ ਦੱਸੋ ਮੈਂ 2013 ਦੇ ਵਿੱਚ ਆਪਣੀ ਸਟਾਰਟਿੰਗ ਕੀਤੀ ਸੀ ਜਦੋਂ ਮੈਂ ਜੰਗੇ ਸਰਪੰਚ ਸੀ ਇੰਡੀਆ ਦਾ ਐਂਡ 2014 ਅਨਵਰਡਸ ਮੈਂ ਪੰਜਾਬ ਦਾ ਜੰਗੇ ਸਰਪੰਚ ਸੀ ਮੈਂ ਸਮਝਦਾ ਹਾਂ ਜਿਹੜੇ ਐਨਿ ਅਵਾਰਡਸ ਜਾਂ ਇੰਨਾ ਵਾਈਗਰੂ ਵੱਲੋਂ ਸਾਨੂੰ ਜਿਹੜਾ ਮਾਨ ਬਖਸ਼ਿਆ ਗਿਆ ਉਹ ਸ਼ਾਇਦ ਸਾਡੀ ਇੱਕ ਇਮਾਨਦਾਰੀ ਤੇ ਇੱਕ ਸੱਚੀ ਨੀਅਤ ਸੀ ਜੋ ਲੋਕਾਂ ਪ੍ਰਤੀ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਰੱਖ ਕੇ ਉਹਦੀ ਬਦੌਲਤ ਹੀ ਅਸੀਂ ਇਹਨਾਂ ਅਵਾਰਡਸ ਲੈ ਚੁੱਕੇ ਹਾਂ ਡਾਕੂਮੈਂਟਰੀ ਵੀ ਬੜੀ ਤੁਹਾਡੇ ਤੇ ਗਵਰਨਮੈਂਟ ਆਫ ਇੰਡੀਆ ਨੇ ਚੈਂਪੀਅਨ ਆਫ ਚੇਂਜ ਬਿਲਕੁਲ ਐਂਡ ਇਹ ਵੀ ਮੈਨੂੰ ਮਾਣ ਹਾਸਲ ਹੋਇਆ ਕਿ ਸਾਡੀ ਗਵਰਨਮੈਂਟ ਆਫ ਇੰਡੀਆ ਨੇ ਨੈਸ਼ਨਲ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਦੇ ਥਰੂ ਪਹਿਲੀ ਵਾਰ ਕਿਸੇ ਸਰਪੰਚ ਦੀ ਜ਼ਿੰਦਗੀ ਦੇ ਉੱਪਰ ਉਹਨਾਂ ਨੇ ਡਾਕੂਮੈਂਟਰੀ ਬਣਾਈ ਐਂਡ ਆਮ ਦਾ ਫਰਸਟ ਸਰਪੰਚ ਇਨ ਇੰਡੀਆ ਕੇ ਜਿਹਦੇ ਤੇ ਗਵਰਨਮੈਂਟ ਆਫ ਇੰਡੀਆ ਇੱਕ ਡਾਕੂਮੈਂਟਰੀ ਬਣਾ ਰਹੀ ਐ ਚੈਂਪੀਅਨ ਆਫ ਚੇਂਜ ਤੁਸੀਂ ਉਹਨੂੰ YouTube ਤੇ ਦੇਖ ਸਕਦੇ ਹੋ ਚੈਂਪੀਅਨ ਆਫ ਚੇਂਜ ਪੰਦੀਪ ਸਿੰਘ ਹਾਈਲੀ ਐਜੂਕੇਟਿਡ ਸਰਪੰਚ ਆਫ ਦ ਨੇਸ਼ਨ ਪਰ ਪੰਥ ਜੀ ਜਦੋਂ ਅਸੀਂ ਇਮ ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਪਰਸਪੈਕਸ਼ਨ ਹੁੰਦਾ ਲੋਕਾਂ ਦਾ ਫੋਕੀ ਸਰਦਾਰੀ ਵਾਲਾ ਹਨਾ ਹਾਈਲੀ ਐਜੂਕੇਟਿਡ ਹੋ ਤੁਸੀਂ ਗਵਰਨਮੈਂਟ ਜੌਬ ਛੱਡੀ ਸੈਕਿੰਡ ਟਾਈਮ ਇਲੈਕਟ ਹੋਏ ਆਸਟ੍ਰੇਲੀਅਨ ਰਿਟਰਨ ਹੋ ਕਾਰਪੋਰੇਟ ਜੌਬ ਵੀ ਰਿਜੈਕਟ ਕੀਤੀ ਸੋ ਉਸ ਉਹਦੇ ਬਾਰੇ ਕੁਝ ਦੱਸੋ ਮੇਰਾ ਨਾ ਸ਼ੁਰੂ ਤੋਂ ਸੁਪਨਾ ਸੀ ਸਮਾਜ ਸੇਵਾ ਦੇ ਵਿੱਚ ਤੇ ਆਪਣੇ ਪਿੰਡ ਲਈ ਕੁਝ ਕਰ ਗੁਜਰਨ ਦਾ ਆਸਟ੍ਰੇਲੀਆ ਮੈਂ ਹਾਈ ਸਟੱਡੀਜ਼ ਲਈ ਗਿਆ ਸੀ ਪਰ ਉੱਥੇ ਜਾ ਕੇ ਮੇਰੇ ਦਿਲ ਦੇ ਵਿੱਚ ਕੁਝ ਹੁੰਦਾ ਸੀ ਜਦੋਂ ਵੀ ਮੈਂ ਇਕੱਲਾ ਬੈਠਦਾ ਸੀ ਤਾਂ ਮੈਂ ਸੋਚਦਾ ਸੀ ਕਿ ਮੇਰਾ ਪਿੰਡ ਇਦਾਂ ਦਾ ਕਿਉਂ ਨਹੀਂ ਕਿਉਂਕਿ ਜਦੋਂ ਮੈਂ ਰੀਜਨਲ ਏਰੀਆਜ਼ ਉਧਰੋਂ ਤੇ ਦੇਖੇ ਤਾਂ ਮੈਨੂੰ ਲੱਗਾ ਕਿ ਸਾਨੂੰ ਆਪਣੇ ਪਿੰਡਾਂ ਲਈ ਕੁਝ ਕਰਨਾ ਚਾਹੀਦਾ ਐਂਡ ਜਦੋਂ ਅਸੀਂ ਉੱਥੇ ਬਜ਼ੁਰਗਾਂ ਦੇ ਲਾਗੇ ਕਿਤੇ ਬੈਠਣ ਦਾ ਮੌਕਾ ਮਿਲਣਾ ਤਾਂ ਉਹਨਾਂ ਨੇ ਮਤਲਬ ਜਸਟ ਉਦਾਸ ਹੋਣਾ ਜਾਂ ਸਮ ਟਾਈਮ ਕੁਝ ਲੋਕ ਰੋਂਣ ਵੀ ਲੱਗ ਪੈਂਦੇ ਸੀ ਕਿ ਮੇਰੇ ਪੰਜਾਬ ਦਾ ਬੜਾ ਬੁਰਾ ਹਾਲ ਹੈ ਜਾਂ ਕੁਛ ਹੈ ਤਾਂ ਮੈਂ ਕਹਿਣਾ ਕਿ ਅੰਕਲ ਤੁਸੀਂ ਇੱਥੇ ਰੋਂਦੇ ਹੋ ਜਾਂ ਇੱਥੇ ਉਦਾਸ ਹੁੰਦੇ ਹੋ ਤੁਸੀਂ ਉੱਥੇ ਜਾ ਕੇ ਕਿਉਂ ਨਹੀਂ ਕੁਝ ਕਰਦੇ ਤਾਂ ਉਹਨਾਂ ਕਹਿਣਾ ਬੇਟਾ ਤੂੰ ਆ ਗਿਆ ਨਾ ਇੱਥੇ ਹੁਣ ਤੈਨੂੰ ਲੱਗਦਾ ਹੈ ਕਿ ਮੈਨੂੰ ਕਰਨਾ ਚਾਹੀਦਾ ਕੁਝ ਪਰ ਜਦੋਂ ਤੂੰ ਇੱਥੋਂ ਦੀ ਦਲਦਲ ਵਿੱਚ ਫਸ ਗਿਆ ਫਿਰ ਤੂੰ ਨਿਕਲ ਨਹੀਂ ਸਕੇਗਾ ਸੋ ਇਹੀ ਗੱਲ ਅਸੀਂ ਵੀ ਸੋਚਦੇ ਆ ਪਰ ਅਸੀਂ ਇੱਥੋਂ ਨਿਕਲ ਨਹੀਂ ਸਕਦੇ ਤਾਂ ਕੁਛ ਇਦਾਂ ਦੇ ਹਾਲਾਤ ਹੋਏ ਕਿ ਮੈਨੂੰ ਇੰਡੀਆ ਆਣਾ ਪਿਆ ਕੁਛ ਮਹੀਨਿਆਂ ਬਾਅਦ ਹੀ ਐਂਡ ਜਦੋਂ ਮੈਂ ਇੱਥੇ ਇੰਡੀਆ ਆਇਆ ਤਾਂ ਉਸ ਤੋਂ ਬਾਅਦ ਫਿਰ ਮੈਨੂੰ ਆ ਕੇ ਲੱਗਾ ਕਿ ਨਹੀਂ ਆਈ ਹਵ ਟੂ ਚੇਂਜ ਮਾਈ ਵਿਲੇਜ ਤਾਂ ਮੈਂ ਫਿਰ ਵਾਪਿਸ ਨਹੀਂ ਗਿਆ ਮੈਂ ਇੱਥੇ ਆ ਕੇ ਆਪਣੀ ਸਟੱਡੀ ਕੰਟੀਨਿਊ ਕੀਤੀ ਐਂਡ ਮੈਂ ਅਜ ਫਾਈਨਲ ইয়ার ਦਾ ਸਟੂਡੈਂਟ ਸੀ ਜਦੋਂ 2013 ਦੇ ਵਿੱਚ ਸਰਪੰਚ ਦੇ ਇਲੈਕਸ਼ਨ ਆ ਗਏ ਮੇਰੇ ਪਿੰਡ ਦੇ ਲੋਕ ਇਕੱਠੇ ਹੋਏ ਕਹਿੰਦੇ ਆਪਾਂ ਇਹਨੂੰ ਸਰਪੰਚ ਬਣਾਣਾ ਐਂਡ ਮੈਂ ਸਰਪੰਚ ਬਣ ਗਿਆ ਸਰਪੰਚੀ ਦੇ ਨਾਲ ਨਾਲ ਪੜ੍ਹਾਈ ਤੁਸੀਂ ਜਾਰੀ ਰੱਖ ਸ਼ਾਇਦ ਮੈਂ ਸ਼ੁਰੂ ਤੋਂ ਮੇਰਾ ਪੜਨ ਵਾਲ ਧਿਆਨ ਸੀ ਤੇ ਮੇਰੇ ਸਿਸਟਰਸ ਜਿਹੜੀਆਂ ਉਹ ਵੀ ਹਾਈਲੀ ਕੁਆਲੀਫਾਈਡ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਐਟ ਲੀਸਟ ਪੋਸਟ ਗ੍ਰੈਜੂਏਸ਼ਨ ਤੱਕ ਕਰੂੰਗਾ ਮੇਰਾ ਇੰਟਰਸਟ ਇਕਨੋਮਿਕਸ ਵਿੱਚ ਸੀ ਸੋ ਸਰਪੰਚ ਜਦੋਂ ਮੈਂ ਬਣਿਆ ਉਹ ਤੋਂ ਮੇਰੀ ਗ੍ਰੈਜੂਏਸ਼ਨ ਕੰਪਲੀਟ ਹੋਈ ਸੀ ਐਂਡ ਮੈਨੂੰ ਲੱਗਦਾ ਸੀ ਮੈਂ ਪੜਨਾ ਪਰ ਉਹ ਮੇਰੇ ਲਈ ਇੱਕ ਬੜਾ ਚੈਲੰਜ ਸੀ ਕਿ ਮੈਂ ਹੁਣ ਪਿੰਡ ਦੀ ਸੇਵਾ ਕਰਾਂ ਕਿ ਜਾਂ ਆਪਣੀ ਪੜ੍ਹਾਈ ਵੱਲ ਦੇਖਾਂ ਤਾਂ ਮੈਂ ਸਰਪੰਚ ਬਣਨ ਤੋਂ ਬਾਅਦ ਮੈਂ ਐਡਮਿਸ਼ਨ ਲੈ ਲਈ ਅੰਡ ਜਦ ਮੈਂ ਹੋਸਟਲ ਜੁਆਇਨ ਕੀਤਾ ਤਾਂ ਫਿਰ ਉਹ ਪੋਸੀਬਲ ਨਹੀਂ ਸੀ ਹੈਗਾ ਕਿਉਂਕਿ ਪਿੰਡ ਦੇ ਵਿੱਚ ਲੋਕਾਂ ਨੇ ਕੰਮ ਕਰਵਾਣੇ ਲੋਕਾਂ ਨੇ ਮੋਸਲੀ ਛੋਟੇ ਛੋਟੇ ਕੰਮ ਆਦੇ ਰਹੀ ਵੀ ਸਰਪੰਚ ਜਿਹੜਾ ਉਹਨਾਂ ਨੂੰ ਜ਼ਰੂਰੀ ਚਾਹੀਦਾ ਹੁੰਦਾ ਹੈ ਚਾਹੇ ਉਹਨਾਂ ਨੇ ਇਨਕਮ ਸਰਟੀਫਿਕੇਟ ਬਣਾਣਾ ਕਾ ਸਰਟੀਫਿਕੇਟ ਸੋ ਉਹਦੇ ਲਈ ਵੀ ਟਾਈਮ ਜਿਹੜਾ ਉਹ ਕੱਢਣਾ ਫਿਰ ਥੋੜਾ ਔਖਾ ਹੋ ਰਿਹਾ ਲੋਕ ਪਰੇਸ਼ਾਨ ਹੋ ਰਹੇ ਫਿਰ ਮੈਂ ਆਪ ਡਾਊਨ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ 120 ਕਿਲੋਮੀਟਰ ਆ ਮੇਰੇ ਘਰ ਤੋਂ ਆਣ ਜਾਣ ਪੈਂਦਾ ਆ ਫਿਰ ਪੜ੍ਹਾਈ ਦੇ ਨਾਲ ਨਾਲ ਸਰਪੰਚੀ ਕੀਤੀ ਐਂਡ ਥੋੜਾ ਟਾਈਮ ਕੱਟ ਦੇ ਪਾ ਰਿਆ ਸੀ ਐਂਡ ਐਟ ਲਾਸਟ ਮੈਂ ਯੂਨੀਵਰਸਿਟੀ ਟਾਪਰ ਬਣ ਕੇ ਨਿਕਿਆ ਵੰਡਰਫੁਲ ਮਾਸਟਰਸ ਆਫ ਬਿਜ਼ਨਸ ਇਕਨੋਮਿਕਸ ਮੈਨੇ ਕੀਤੀ ਸੀ ਉਦੋਂ ਜੀ ਸਰਪੰਚੀ ਦੇ ਵਿੱਚ ਰਹਿ ਕੇ ਤੁਸੀਂ ਸਮਾਜਿਕ ਰੂਤੀਆਂ ਖਿਲਾਫ ਸੋਸ਼ਲ ਇਵਲਸ ਰੈਡੀਕੇਟ ਕਰਨ ਲਈ ਕਾਫੀ ਕੰਮ ਕੀਤੇ ਵੂਮਨ ਏਮਪਾਵਰਮੈਂਟ ਜੈਂਡਰ ਇਕੁਐਲਿਟੀ ਇਹਦੀ ਕਿੰਨੀ ਕੋ ਲੋਡ ਸੀਗੀ ਅ ਦੇਖੋ ਆਪਾਂ ਇਹ ਤਾਂ ਕਹਿੰਦੇ ਆ ਕਿ ਵੀ ਬੋਥ ਆਰ ਇਕੁਅਲ ਆਪਾਂ ਵੀ ਕਹਿੰਦੇ ਆ ਕਿ ਵੂਮਨ ਏਮਪਾਵਰਮੈਂਟ ਹੋਣੀ ਚਾਹੀਦੀ ਆ ਪਰ ਇਹ ਮਰਦ ਪ੍ਰਧਾਨ ਸਮਾਜ ਦੇ ਵਿੱਚ ਕਰਨਾ ਕੋਈ ਨਹੀਂ ਜਾਂਦਾ ਅਗਰ ਆਪਾਂ ਪਾਸ ਦੇ ਦਿੰਨੇ ਆ ਲੇਡੀਜ਼ ਨੂੰ ਅਸੀਂ ਪਿੰਡ ਦੀ ਗੱਲ ਕਰਦੇ ਆ ਗਰਾਊਂਡ ਲੈਵਲ ਦੀ ਗੱਲ ਕਰਦੇ ਆ ਪਿੰਡ ਦੇ ਵਿੱਚ ਸਰਪੰਚ ਲੇਡੀ ਆ ਬਟ ਸਰਪੰਚੀ ਦੇ ਸਾਰੇ ਕੰਮ ਉਹਦਾ ਹਸਬੰਡ ਦੇਖ ਰਿਹਾ ਜਾਂ ਉਹਦਾ ਬੇਟਾ ਦੇਖ ਰਿਹਾ ਜਾਂ ਉਹਦਾ ਸਸੂਰ ਦੇਖ ਰਿਹਾ ਰਹੀ ਅਗਰ ਉਹ ਪੰਚਾਇਤ ਮੈਂਬਰ ਬਣ ਜਾਂਦੀ ਆ ਤਾਂ ਹਰ ਮੀਟਿੰਗ ਦੇ ਵਿੱਚ ਉਹਦਾ ਹਸਬੰਡ ਬੇਟਾ ਫਿਰ ਉਹੀ ਜਾ ਰਿਹਾ ਉਹ ਲੇਡੀ ਨੂੰ ਨਹੀਂ ਪਤਾ ਐਂਡ ਉਹ ਇੱਕ ਰਬਰ ਦੀ ਸਟੈਂਪ ਬਣ ਕੇ ਬੈਠੀ ਹੋਈ ਆ ਸੋ ਮੈਂ ਸਟਾਰਟਿੰਗ ਜਿਹੜੀ ਔਮਨ ਏਨ ਪਾਵਰਮੈਂਟ ਦੀ ਕੀਤੀ ਉਹ ਮੈਂ 2013 ਦੇ ਵਿੱਚ ਅਸੀਂ ਜਦੋਂ ਵੀ ਕੋਈ ਪੰਚਾਇਤ ਮੀਟਿੰਗ ਕਰਨੀ ਜਾਂ ਅਸੀਂ ਪਹਿਲੀ ਮੀਟਿੰਗ ਜਦੋਂ ਕੀਤੀ ਤਾਂ ਜਿਹੜੀਆਂ ਮੇਰੀਆਂ ਲੇਡੀ ਪੰਚਾਇਤ ਮੈਂਬਰ ਸੀ ਉਹਨਾਂ ਦਾ ਕਿਸੇ ਦਾ ਬੇਟਾ ਆ ਗਿਆ ਕਿਸੇ ਦਾ ਹਸਬੰਡ ਆ ਗਿਆ ਤੇ ਮੈਂ ਕਿਹਾ ਆਂਟੀ ਕਿੱਥੇ ਆ ਉਹ ਕੋਈ ਗੱਲ ਨਹੀਂ ਕਾਕਾ ਇਦਾਂ ਹੀ ਸੈਂਸਰ ਕਰ ਲਦੇ ਹੁੰਦੇ ਨੇ ਲੈ ਅਸੀਂ ਸਾਈਨ ਕਰ ਦਿੰਨੇ ਆ ਮੈਂ ਕਿਹਾ ਨਹੀਂ ਅੰਕਲ ਉਹ ਗੱਲ ਨਹੀਂ ਆ ਤੁਸੀਂ ਬੈਠੋ ਤੁਹਾਡਾ ਜੀ ਆਇਆਂ ਨੂੰ ਪਰ ਆਂਟੀ ਜ਼ਰੂਰੀ ਆ ਐਂਡ ਉਹਨਾਂ ਨੂੰ ਫਿਰ ਮੈਂ ਆਪ ਜਦੋਂ ਬੁਲਾਣ ਗਿਆ ਉਹ ਮੀਟਿੰਗ ਦੇ ਵਿੱਚ ਆਈਆਂ ਐਂਡ ਉਹ ਕੰਫਰਟੇਬਲ ਉਹਨਾਂ ਨੂੰ ਮੈਂ ਫੀਲ ਕਰਾਇਆ ਕਿ ਨਹੀਂ ਤੁਸੀਂ ਆਪਣੇ ਹੋ ਮੇਰੀ ਮਾਵਾ ਵਰਗੇ ਹੋ ਤੁਸੀਂ ਮੀਟਿੰਗ ਦੇ ਵਿੱਚ ਕੋਈ ਗੱਲ ਨਹੀਂ ਤੁਸੀਂ ਆਪ ਆਣਾ ਤਾਂ ਹੌਲੀ ਹੌਲੀ ਉਹਨਾਂ ਦਾ ਜਦੋਂ ਇੰਟਰਸਟ ਬਿਲਡ ਹੋਇਆ ਤਾਂ ਉਹਨਾਂ ਨੇ ਫਿਰ ਆਪ ਮੀਟਿੰਗ ਦੇ ਵਿੱਚ ਰੈਗੂਲਰ ਆਣਾ ਸ਼ੁਰੂ ਕਰ ਦਿੱਤਾ ਤਾਂ ਬੜੀ ਖੁਸ਼ੀ ਹੈ ਕਿ ਉਹਨਾਂ ਦੇ ਜਿਹੜੇ ਬੇਟੇ ਪਹਿਲਾਂ ਹਸਬੰਡ ਆਂਦੇ ਸੀ ਉਹਨਾਂ ਨੇ ਆਣਾ ਬੰਦ ਕਰਤਾ ਸੋ ਮੇਰੀ ਔਮਨ ਇੰਪਾਵਰਮੈਂਟ ਦੀ ਗੱਲ ਉੱਥੋਂ ਸ਼ੁਰੂ ਹੋਈ ਸੀ ਐਂਡ ਆਫਟਰ ਥੈਟ ਮਿਨੇ ਸੀ ਕਿ ਮੈਂ ਲੇਡੀਜ਼ ਦੇ ਲਈ ਲਾਇਬ੍ਰੇਰੀ ਹੂਡ ਕ੍ਰੀਏ ਅਨਦਰ ਲਾਈਫਸਟਾਈਲ ਅਪਗ੍ਰੇਡ ਕਰਨਾ ਸੋ ਉਹਦੇ ਲਈ ਮੈਂ ਉਹਨਾਂ ਨੂੰ ਮਨਰੇਗਾ ਦੇ ਨਾਲ ਇਨਵੋਲਵ ਕਰਵਾਇਆ ਜਦੋਂ ਉਹਨਾਂ ਨੂੰ ਪੇਮੈਂਟ ਆਣੀ ਮਨਰੇਗਾ ਦੀ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜਾ ਮਨਰੇਗਾ ਐਕਟ ਆ ਮੈਂ ਸਮਝਦਾ ਆ ਕਿ ਪੰਜਾਬ ਦਾ ਜੋ ਸਾਡੇ ਹਾਲਾਤ ਆ ਉਹਦੇ ਅਕੋਰਡਿੰਗ ਅਨਕੂਲ ਨਹੀਂ ਹੈਗਾ ਬਿਕਾਜ਼ ਦੇ ਪੇਡ ਓਨਲੀ 263 ਪਰ ਡੇ ਲੇਕਿਨ ਅਗਰ ਨਾਰਮਲ ਦਿਹਾੜੀ ਵਾਲਾ ਸੀ ਬੰਦਾ ਲੈਨੇ ਆ ਤਾਂ ਉਹ 300 ਤੋਂ 450 ਰੁਪਏ ਦੇ ਵਿੱਚ ਪੈਸੇ ਦਿੰਦਾ ਸੋ ਉਹ ਜਿਹੜਾ ਇੱਕ ਗੈਪ ਆ ਉਹ ਕਵਰ ਕਰਨ ਦੇ ਲਈ ਅਸੀਂ ਮਨ ਰੇਗਾ ਦੇ ਕੰਮ ਨਹੀਂ ਸিকার ਪਾ ਰਹੇ ਐਂਡ ਅਗਰ ਤੁਸੀਂ ਕੰਮ ਕਰਾਣਾ ਤਾਂ ਤੁਹਾਨੂੰ ਡੈਫੀਨੇਟਲੀ ਤੁਹਾਨੂੰ 2 ਨੰਬਰ ਦੇ ਵਿੱਚ ਕਰਨਾ ਪਏਗਾ ਫੇਕ ਦਿਹਾੜੀਆਂ ਪਾਣੀਆਂ ਪੈਣਗੀਆਂ ਜਾਂ ਪੇਮੈਂਟ ਲੋਕਾਂ ਕੋਲ ਲੈ ਕੇ ਫਿਰ ਕੰਮ ਕਰਾਣਾ ਪਏਗਾ ਸੋ ਉਹਦੇ 'ਚ ਫਿਰ ਅਸੀਂ ਲੇਡੀਜ਼ ਨੂੰ ਇਨਵੋਲ ਕੀਤਾ ਜਿਹੜੀਆਂ 263 ਤੇ ਆਰਾਮ ਨਾਲ ਕੰਮ ਕਰ ਸਕਦੀਆਂ ਸੀ ਫਿਰ ਉਹਨਾਂ ਦੀ ਅਸੀਂ ਅਰਨਿੰਗ ਜਨਰੇਟ ਕੀਤੀ ਉਸ ਤੋਂ ਬਾਅਦ ਫਿਰ ਮੈਂ ਸੈਲਫ ਹੈਲਪ ਗਰੁੱਪ ਬਣਾਏ ਐਂਡ ਸੈਲਫ ਹੈਲਪ ਗਰੁੱਪ ਦੇ ਵਿੱਚ ਜਦੋਂ ਉਹ ਖੁਦ ਦੀ ਸਹਾਇਤਾ ਸਮੂਹ ਬਣਾ ਕੇ ਆਪੋ ਆਪ ਕੰਮ ਕਰਨ ਲੱਪੇ ਤਾਂ ਮੈਨੂੰ ਆ ਰਸਤੇ ਜੇ ਮੈਂ ਜਾ ਰਿਹਾ ਐਂ ਢਿਕਲੇਡੀ ਵਾਸ਼ ਦਿੰਦੀ ਆ ਉਹ ਪੁੱਤਰਾ ਗੱਲ ਸੁਣ ਮੈਂ ਕਿਹਾ ਹਾਂਜੀ ਆਂਟੀ ਦੱਸੋ ਤੂੰ ਜਿੰਦਾ ਰਹੇ ਵਸਦਾ ਰਹੇ ਜਵਾਨੀਆਂ ਮਾਣੇ ਮੇਕਾ ਇੱਕ ਹੀ ਗੱਲ ਹੋ ਗਈ ਇੰਨੀਆਂ ਸਿਫਤਾਂ ਕਿਉਂ ਕਰ ਰਿਹਾ ਜੀ ਨੀ ਮੈਨੂੰ ਅਸੀਸਾਂ ਕਿਉਂ ਦੇ ਰਿਹਾ ਆਵਾਜ਼ ਮਾਰ ਕੇ ਕਹਿੰਦੇ ਨਹੀਂ ਪੋਤਾ ਜਦੋਂ ਦਾ ਤੂੰ ਨਰੇਗਾ ਜੇ ਤੇ ਜਿਹੜਾ ਮੈਨੂੰ ਪਾਇਆ ਨਹੀਂ ਬੀਬੀਆਂ ਦੇ ਜਥੇ ਤੇ ਪਹਿਲਾਂ ਤੇਰੇ ਅੰਕਲ ਕੋ ਪੈਸੇ ਮੰਗਣੇ ਪੈਂਦੇ ਹੁੰਦੇ ਸੀ ਤਾਂ ਉਹ ਕਦੀ ਪਾਰ ਕੋਟ ਦਾ ਵੀ ਹੀ ਰੋਲਾ ਵੀ ਪਾਉਂਦਾ ਸੀ ਹੁਣ ਮੈਂ ਜਦੋਂ ਜਿ ਕਰੇ ਆਪਣੀ ਧੀ ਕੋ ਜਾ ਸਕਦੀ ਹਾਂ ਉਹਨੂੰ ਵੀ ਪੈਸੇ ਦੇ ਦੇਣੀ ਹੁਣ ਤੇ ਤੇਰਾ ਅੰਕਲ ਵੀ ਪੀਣ ਖਾਣ ਨੂੰ ਮੇਰੇ ਕੋਲ ਆ ਲੈਂਦਾ ਸੋ ਉਹ ਮੈਨੂੰ ਲੱਗਾ ਕਿ ਆ ਮੈਂ ਕੰਮ ਕੀਤਾ ਸੀ ਐਂਡ ਮੈਨੂੰ ਸਕੂਨ ਮਿਲਿਆ ਕਿ ਉਹਨਾਂ ਦਾ ਲਾਈਫ ਸਟਾਈਲ ਔਰ ਲਿਵਿੰਗ ਸਟੈਂਡਰ ਜੈਂਡਰ ਇਕਵੈਲਿਟੀ ਤੇ ਕਿਸ ਤਰ੍ਹਾਂ ਅਵੇਅਰ ਕੀਤਾ ਤੁਸੀਂ ਤੇ ਕਿੰਨਾ ਕੋ ਫਰਕ ਦੇਖਣ ਨੂੰ ਮਿਲਿਆ ਐਕਚੁਅਲੀ ਸ਼ਾਇਦ ਮੈਂ ਜਿਹੜਾ ਕੁੜੀਆਂ ਨੂੰ ਤੇ ਮੁੰਡਿਆਂ ਨੂੰ ਬਰਾਬਰ ਸਮਝਦਾ ਜਾਂ ਮੈਂ ਉਹ ਮਰਦ ਪ੍ਰਧਾਨ ਸਮਾਜ ਦੇ ਵਿੱਚ ਜਿਹੜਾ ਬਲੀਵ ਨਹੀਂ ਕਰਦਾ ਉਹ ਮੇਰੇ ਘਰ ਤੋਂ ਸ਼ੁਰੂਆਤ ਹੋਈ ਹੈ ਕਿਉਂਕਿ ਮੇਰੀਆਂ ਦੋ ਵੱਡੀਆਂ ਭੈਣਾਂ ਸੀ ਮੈਂ ਛੋਟਾ ਸੀ ਤੇ ਨੇਚਰਲੀ ਅਗਰ ਆਪਾਂ ਘਰਾਂ ਦੇ ਵਿੱਚ ਦੇਖੀਏ ਤਾਂ ਜਿਹੜਾ ਬੱਚਾ ਛੋਟਾ ਹੁੰਦਾ ਉਹਦਾ ਨਾਲ ਜ਼ਿਆਦਾ ਪਿਆਰ ਹੁੰਦਾ ਸਪੈਸ਼ਲੀ ਜਿਉ ਮੁੰਡਾ ਆ ਤੇ ਸੋ ਉਹ ਇੱਕ ਡਿਫਰੈਂਸ ਇਕਵੈਲਿਟੀ ਨਹੀਂ ਹੁੰਦੀ ਘਰਾਂ ਦੇ ਵਿੱਚ ਮੇਰੇ ਘਰ ਦੇ ਵਿੱਚ ਉਹ ਇਕਵੈਲਿਟੀ ਸੀ ਕਿ ਅਗਰ ਮੈਂ ਗਲਤ ਕੀਤਾ ਤਾਂ ਮੈਨੂੰ ਗੁੱਟ ਪੈ ਰਹੀ ਆ ਤਾਂ ਪ੍ਰਾਇਓਰਿਟੀ ਮੈਂ ਕਹਾਂ ਤਾਂ ਮੇਰੀ ਹਮੇਸ਼ਾ ਮੈਂ ਡਿਮਾ ਨੂੰ ਜਾਂ ਮਨਿੰਦਰ ਉਹਨਾਂ ਨੂੰ ਮਿਲਦੀ ਸੀ ਮੈਨੂੰ ਘੱਟ ਮਿਲਦੀ ਸੀ ਤੇ ਮੰਮਾ ਨੇ ਜਦੋਂ ਵੀ ਮੈਂ ਕੰਪਲੇਨ ਕਰਨੀ ਤਾਂ ਉਹਨਾਂ ਕਹਿੰਦਾ ਨਹੀਂ ਬੇਟਾ ਉਹ ਧੀਆ ਨੇ ਜਿੱਦਾਂ ਤੂੰ ਮੇਰੇ ਲਈ ਪੋਤਾ ਉਹ ਮੇਰੇ ਲਈ ਧੀਆ ਨੇ ਤਾਂ ਤੁਸੀਂ ਦੋਵੇਂ ਬਰਾਬਰ ਹੋ ਇਸ ਦੀ ਮੈਂ ਵਿਤਕਰਾ ਨਹੀਂ ਕਰ ਸਕਦੀ ਤੋ ਸ਼ਾਇਦ ਉਹ ਚੀਜ਼ ਨੂੰ ਲੈ ਕੇ ਮੇਰੇ ਮਨ ਦੇ ਵਿੱਚ ਸੀ ਕਿ ਇਦਾਂ ਹੋਣਾ ਚਾਹੀਦਾ ਐਂਡ ਮੈਂ ਇੱਕ ਸੁਪਨਾ ਸੰਜੋਲਿਆ ਸੀ ਕਿ ਮੇਰੇ ਪਿੰਡ ਦੀ ਪੋਪੂਲੇਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਕੁੜੀਆਂ ਤੇ ਮੁੰਡਿਆਂ ਦੀ ਬਰਾਬਰ ਹੋਵੇ ਹੁਣ ਉਹਨੂੰ ਆਪਾਂ ਕਿਦਾਂ ਫੁੱਲਫਿਲ ਕਰ ਸਕਦੇ ਆ ਉਹ ਇੱਕ ਬੜਾ ਵੱਡਾ ਚੈਲੰਜ ਸੀ ਆਪਾਂ ਉਸ ਚੀਜ਼ ਨੂੰ ਪੂਰਾ ਕਰਨ ਦੇ ਲਈ ਆਪਣੇ ਪਿੰਡ 'ਚ ਵੀਆਈਪੀ ਕਲਚਰ ਬੰਦ ਕਰ ਦਿੱਤਾ ਵੀਆਈਪੀ ਕਲਚਰ ਮੀਨ ਇਨੋਗ੍ਰੇਸ਼ਨ ਸੈਰੇਮੋਨੀਆਂ ਫਾਊਂਡੇਸ਼ਨ ਸਟੋਨ ਅਪਾ ਕੋਈ ਵੀ ਕੰਮ ਕਰਨਾ ਸੀ ਕਿਸੇ ਮੰਤਰੀ ਨੂੰ ਜਾਂ ਹਾਂ ਜਿਹੜਾ ਕੋਈ ਚੰਗੀ ਪੋਸਟ ਉੱਪਰ ਅਫਸਰਾ ਲਾਉਣਾ ਬੰਦ ਕਰਕੇ ਅਸੀਂ ਛੋਟੀਆਂ ਬੱਚੀਆਂ ਦੇ ਕੋਲੋਂ ਰਖਵਾਉਣਾ ਸ਼ੁਰੂ ਕੀਤਾ ਉਹਦੇ ਨਾਲ ਕੀ ਕੁੜੀਆਂ ਦੀ ਵੈਲਿਊ ਵਧੀ ਲੋਕਾਂ ਦੇ ਨਜ਼ਰੀਆ ਦੇਖਣ ਦਾ ਬਦਲਿਆ ਹਾਂ ਕਿ ਗਲੀ ਦਾ ਨੀ ਰੱਖ ਨਹੀਂ ਪੱਥਰ ਰੱਖ ਰਹੀ ਐ ਤੇ ਇੱਕ ਬੱਚੀ ਰੱਖ ਰਹੀ ਐ ਸਟ੍ਰੀਟ ਲਾਈਟ ਦਾ ਰੱਖ ਰਹੀ ਐ ਇੱਕ ਬੱਚੀ ਰੱਖ ਰਹੀ ਐ ਐਂਡ ਜਿੰਨਾ ਦੀਆਂ ਵੀ ਦੋ ਕੁੜੀਆਂ ਆ ਅਗੋਂ ਫਰਦਰ ਉਹਨਾਂ ਦਾ ਤੀਸਰਾ ਬੱਚਾ ਨਹੀਂ ਐਂਡ ਉਹ ਸਾਨੂੰ ਅਫੀਡੇਵਿਟ ਦੇ ਦਿੰਦੇ ਕਿ ਅਸੀਂ ਤੀਸਰਾ ਬੱਚਾ ਨਹੀਂ ਕਰ ਰਹੇ ਅਸੀਂ ਆਪਣੀਆਂ ਦੋ ਧੀਆਂ ਨਾਲ ਖੁਸ਼ ਆ ਤਾਂ ਅਸੀਂ ਉਹਨੂੰ ਸਕਾਲਰਸ਼ਿਪ ਸਕੀਮ ਦੇ ਰਹੀ ਆ ਉਹਦੇ ਪੇਰੈਂਟਸ ਨੂੰ ਆਨਰ ਕਰ ਰਹੇ ਆ ਧੀਆਂ ਦਾ ਫੰਕਸ਼ਨ ਹੋ ਰਿਹਾ ਲੋੜੀ ਦਾ ਫੰਕਸ਼ਨ ਹੋ ਰਿਹਾ ਧੀਆਂ ਦੀ ਲੋੜੀ ਮਨਾਈ ਜਾ ਰਹੀ ਆ ਤਾਂ ਸ਼ਾਇਦ ਸਾਡੇ ਨਿੱਕੇ ਨਿੱਕੇ ਐਫਰਟਸ ਜਿਹੜੇ ਉਹਦੇ ਕਰਕੇ ਸਾਡੇ ਪਿੰਡ ਦੇ ਵਿੱਚ ਜਿਹੜੇ 2015 ਔਨਵਰਡਸ ਕੁੜੀਆਂ ਦੀ ਜਿਹੜੀ ਬਰਥ ਰੇਸ਼ੋ ਆ ਉਹ ਜ਼ਿਆਦਾ ਆ ਤੇ ਮੁੰਡਿਆਂ ਦੀ ਬਰਥ ਰੇਸ਼ੋ ਜਿਹੜੀ ਆਟੋਮੈਟਿਕਲੀ ਘਟ ਗਈ ਆ ਜਿੱਥੋਂ ਇਹ ਮੈ ਦੇ ਵਿੱਚ 2015 ਤੋਂ ਪਹਿਲਾਂ ਫੀਮੇਲ ਫਿਟੀਸਾਈਡ ਹੁੰਦਾ ਸੀ ਜੀ ਉਹ ਜਾਂ ਬੰਦ ਹੋ ਚੁੱਕਾ ਹੈ ਜਾਂ ਘਟ ਚੁੱਕਾ ਹੈ ਸੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹ ਬੰਦ ਹੋ ਚੁੱਕਾ ਤਾਂ ਹੀ ਕੁੜੀਆਂ ਜੜੀਆਂ ਉਹ ਜ਼ਿਆਦਾ ਜੰਮ ਰਹੀਆਂ ਨੇ ਸਿਗਨੀਫੀਕੈਂਟ ਕਮ ਤੁਸੀਂ ਕਾਫੀ ਕੀਤਾ ਐਜ਼ ਅ ਸੋਸ਼ਲ ਵਰਕਰ ਐਂਡ ਐਜ਼ ਅ ਸਰਪੰਚ ਗਵਰਨਮੈਂਟ ਅਸਿਸਟੈਂਸ ਕਿਦਾਂ ਦੇ ਰਹੀ ਤੇ ਪੋਲਿਟਿਕਸ ਦੇ ਵਿੱਚ ਕਿੰਨਾ ਇੰਟਰਸਟ ਹੈ ਤੁਹਾਨੂੰ ਮੈਂ ਆਇਆ ਤਾਂ ਪੋਲਿਟਿਕਸ ਦੇ ਵਿੱਚ ਸੇਵਾ ਕਰਨ ਲਈ ਸੀ ਸੋ ਪੋਲਿਟਿਕਸ ਦੀ ਅਗਰ ਗੱਲ ਕਰੋ ਤਾਂ ਸਭ ਤੋਂ ਛੋਟੀ ਕਾਈ ਸਾਡੀ ಗ್ರಾಮ ਪੰਚਾਇਤ ਆ ਥਰੀ ਟਾਇਰ ਆਫ ਪੰਜਾਬ ਪੰਚਾਇਤੀ ਰਾਜ ਐਟ ਤੇ ਸਬਤਵਤ ਪਾਵਰ ਵੀ ਸਾਡੇ ਕੋਲ ਆ ਅਗਰ ਸਟੇਟ ਦਾ ਸੀਐਮ ਆ ਸੈਂਟਰ ਦਾ ਸਾਡਾ ਪੀਐਮ ਆ ਤਾਂ ਜਿਹੜਾ ਸਰਪੰਚ ਆ ਆਪਣੇ ਪਿੰਡ ਦਾ ਸੀਐਮ ਆ ਤੋਂ ਸਾਡੇ ਕੋਲ ਪਾਵਰ ਜਿਹੜੀਆਂ ਸਾਡੇ ਰਿਸਪੌਂਸਿਬਿਲਟੀਜ਼ ਆ ਡਿਊਟੀਆਂ ਆ ਸਾਰਾ ਕੁਝ ਮੈਂ ਐਕਟ 'ਚ ਪੜਿਆ ਤਾਂ ਮੈਨੂੰ ਆਪਣੀਆਂ ਪਾਵਰਸ ਬਾਰੇ ਪਤਾ ਲੱਗਾ ਬਟ 2 ਸਾਲ ਮੈਂ ਬਹੁਤ ਸਟਰਗਲ ਕੀਤਾ ਗਵਰਨਮੈਂਟ ਦੇ ਨਾਲ ਐਕਚੁਅਲੀ ਅਸੀਂ ਮੈਂ ਆਇਆ ਤਾਂ ਸੇਵਾ ਕਰਨ ਸੀ ਮੈਨੂੰ ਲੱਗਦਾ ਸੀ ਕਿ ਵੇਦਾ ਸਪੋਰਟ ਆਫ ਗਵਰਨਮੈਂਟ ਅਸੀਂ ਬਹੁਤ ਕੁਝ ਕਰ ਸਕਦੇ ਆ ਪਰ ਕਹਿੰਦੇ ਆ ਨਾ ਰਾ ਪਿਆ ਜਾਣੀ ਐ ਜਾਂ ਵਾਪਿਆ ਜਾਣੀ ਐ ਸੋ 2 ਸਾਲ ਮੈਂ ਬਹੁਤ ਸਟਰਗਲ ਕੀਤਾ ਇਵਨ ਜਿਹੜੇ ਸਾਡਾ ਪੰਚਾਇਤੀ ਰਾ ਸਿਸਟਮ ਆ ਇੱਕ ਤੁਹਾਡਾ ਸੈਕਟਰੀ ਜਿਹੜਾ ਆ ਤੁਹਾਡੇ ਬੀ ਡੀ ਪੀਓ ਵਾ ਤੁਹਾਡੇ ਜਈ ਆ ਸੋ ਇਹ ਇੱਕ ਕਮਿਸ਼ਨ ਬੇਸਿਸ ਦੇ ਉੱਪਰ ਕੰਮ ਚੱਲਦਾ ਹੈ ਸੋ ਇਨ ਸਮ ਟਾਈਮਸ ਮੈਂ ਇਦਾਂ ਵੀ ਦੇਖਿਆ ਕਈ ਪਿੰਡਾਂ ਦੇ ਵਿੱਚ ਜਾਂ ਮੈਨੂੰ ਜੋ ਫੇਸ ਕਰਨਾ ਪਿਆ ਕਿ ਜਿਹੜੀ ਪੇਮੈਂਟ ਆ ਰਹੀ ਹੈ ਤਾਂ ਉਹਦੇ ਵਿੱਚੋਂ ਤੁਹਾਨੂੰ ਲਗਾਉਣ ਦੀ ਕੁਝ ਨਹੀਂ ਲੋੜ ਕੁਝ ਤੁਸੀਂ ਰੱਖ ਲਓ ਕੁਝ ਮੈਂ ਰੱਖ ਲਾਂ ਸੋ ਸਾਡੇ ਸੈਕਟਰੀ ਜਿਹੜਾ ਸਾਨੂੰ ਅਪਾਇੰਟ ਹੋਇਆ ਸੀ ਉਹ ਹੀ ਸਾਨੂੰ ਕੰਮ ਨਹੀਂ ਸੀ ਕਰਨ ਦਿੰਦਾ ਤਾਂ 2 ਸਾਲ ਮੈਂ ਪੂਰੇ ਆਪਣੀ ਪੰਚਾਇਤ ਦੇ ਵਿੱਚ 1 ਰੁਪਿਆ ਨਹੀਂ ਗੜਵਾ ਸਕਿਆ ਐਂਡ ਆਫਟਰ ਦੈਟ ਮੈਂ ਫਿਰ ਕਲਮ ਚੱਕੀ ਪੈਨ ਚੱਕਿਆ ਇੱਕ ਉਸ ਤੋਂ ਬਾਅਦ ਮੈਂ ਫਿਰ ਉਹ ਜਿਹੜਾ ਬੰਦਾ ਪਰੇਸ਼ਾਨ ਕਰ ਰਿਹਾ ਜਿਹੜਾ ਬੰਦਾ ਸਿਸਟਮ ਦੇ ਵਿੱਚ ਆਪਣੀ ਡਿਊਟੀ ਚੰਗੇ ਤਰੀਕੇ ਨਾਲ ਨਹੀਂ ਕਰ ਰਿਹਾ ਮੈਂ ਉਹਦੇ ਖਿਲਾਫ ਲਿਖਣਾ ਸ਼ੁਰੂ ਕੀਤਾ ਐਂਡ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ ਮੇਰੀ ਇੱਕ ਫਿਰ ਪਛਾਣ ਬਣ ਗਈ ਕਿ ਇਹ ਬੰਦਾ ਜਿਹੜਾ ਇਹਦੇ ਨਾਲ ਪੰਗਾ ਨਾ ਲਿਓ ਇਹ ਕੰਪਲੇਂਟ ਕਰ ਦਿੰਦਾ ਐਂਡ ਲੋਕ ਫਿਰ ਸਾਡੇ ਤੋਂ ਥੋੜਾ ਜਿਹਾ ਕਹਿ ਲੋ ਕਿ ਸਾਡੀ ਪੰਚਾਇਤ ਤੋਂ ਥੋੜਾ ਡਰਨ ਲੱਗੇ ਤਾਂ ਸਾਡੇ ਪਿੰਡ ਦੇ ਵਿੱਚ ਬੜੀ ਇਮਾਨਦਾਰੀ ਨਾਲ ਕੰਮ ਹੋਣ ਲੱਗੇ ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਹੁਣ ਜਿਹੜਾ ਮੇਰਾ ਪੰਚਾਇਤ ਸੈਕਟਰੀ ਆ ਹੀ ਇਜ਼ ਦਾ ਵਨ 조사 ਨੂੰ ਪੁਆਇੰਟ ਕੀਤਾ ਗਿਆ ਤੇ ਅਸੀਂ ਉਦੀ ਸਪੋਰਟ ਦੇ ਨਾਲ ਗਵਰਨਮੈਂਟ ਦੀ ਸਪੋਰਟ ਦੇ ਨਾਲ ਕੰਮ ਜੜਿਓ ਕਰਦੇ ਪਏ ਆਂ ਇਮਾਨਦਾਰੀ ਦੀ ਗੱਲ ਤੁਸੀਂ ਕੀਤੀ ਹੁਣ ਤਾਂ ਨਵੀਂ ਸਰਕਾਰ ਵੱਲੋਂ ਐਂਟੀ ਕ腐ਪਸ਼ਨ ਹੈਲਪਲਾਈਨ ਨੰਬਰ ਵੀ ਲਾਂਚ ਹੋ ਚੁੱਕਿਆ ਸੋ ਕਿੰਨੀ ਕ ਉਮੀਦਾਂ ਹੈਗੀਆਂ ਨਵੀਂ ਸਰਕਾਰ ਤੋਂ ਇਹ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਉਹਨਾਂ ਨੇ ਕਿਉਂਕਿ ਸਾਡੇ ਜਿਹੜੀ ਕ腐ਪਸ਼ਨ ਆ ਗਰਾਊਂਡ ਲੈਵਲ ਤੋਂ ਸ਼ੁਰੂ ਹੋ ਜਾਂਦੀ ਆ ਚੇਂਜ ਤਾਂ ਅਸੀਂ ਖੁਦ ਕਰਨਾ ਹੈ ਜੀ ਇਹ ਜਦੋਂ ਤੱਕ ਲੋਕ ਬਦਲਾਵ ਨਹੀਂ ਚਾਣਗੇ ਉਦੋਂ ਤੱਕ ਗਵਰਨਮੈਂਟ ਵੀ ਕੁਝ ਨਹੀਂ ਕਰ ਸਕਦੀ ਗਵਰਨਮੈਂਟ ਨੇ ਹੈਲਪਲਾਈਨ ਜ਼ਰੂਰ ਕ੍ਰੀਏਟ ਕੀਤਾ ਜਿਹੜੇ ਸਾਡਾ ਗਵਰਨਮੈਂਟ ਅਫੀਸਰਾਂ ਦੇ ਉਹਨਾਂ ਦੇ ਕਿਤੇ ਨਾ ਕਿਤੇ ਡਰ ਬੈਠ ਗਿਆ ਦਿਮਾਗ ਦੇ ਵਿੱਚ ਕਿ ਸਾਡੀ ਕੋਈ ਆਡੀਓ ਨਾ ਲੈ ਲੇ ਜਾਂ ਵੀਡੀਓ ਕੈਪਚਰ ਨਾ ਕਰ ਲੇ ਕਿ ਜਿਸ ਤੋਂ ਪਹਿਲਾਂ ਵੀ ਵਿਜੀਲੈਂਸ ਦੇ ਨੰਬਰ ਜਾਰੀ ਕੀਤੇ ਹੁੰਦੇ ਸੀ ਆਪ ਉਹਦੇ ਤੇ ਵੀ ਕੰਪਲੇਨਟ ਕਰ ਸਕਦੇ ਸੀ ਪਰ ਮੈਂ ਆਸ ਕਰਦਾ ਹਾਂ ਕਿ ਹੁਣ ਵਾਲੀ ਸਾਡੀ ਜਿਹੜੀ ਸਰਕਾਰ ਹੈ ਸ਼ਾਇਦ ਇਹ ਸਾਡੇ ਨੌਜਵਾਨਾਂ ਦੀ ਸੋਚ ਵਾਲੀ ਸਰਕਾਰ ਆ ਤੇ ਉਹ ਬਹੁਤ ਚੇਂजेस ਇਸ ਦੇ ਨਾਲ ਆਣਗੇ ਐਂਡ ਲੋਕ ਇਮਾਨਦਾਰੀ ਦਾ ਪੱਲਾ ਜ਼ਰੂਰ ਫੜਨਗੇ ਕਿਉਂਕਿ ਜਦੋਂ ਗਰਾਊਂਡ ਲੈਵਲ ਤੋਂ ਕਰਪਸ਼ਨ ਖਤਮ ਹੋ ਗਈ ਤਾਂ ਸਾਡਾ ਦੇਸ਼ ਸਾਡਾ ਸੂਬਾ ਆਟੋਮੈਟਿਕਲੀ ਵਿਕਾਸ ਵੱਲ ਅੱਗੇ ਵਧੇਗਾ ਪੰਛਤੀਪ ਜੀ ਸੁਣਨ ਚਾਹੁੰਦਾ ਵੀ ਪੰਜਾਬ ਇਜ਼ ਰਿਚ ਬਟ ਨਾਟ ਡਿਵੈਲਪਡ ਪੰਜਾਬ ਦੀ ਧਰਤੀ ਅਮੀਰ ਜ਼ਰੂਰ ਹੈ ਪਰ ਵਿਕਸਿਤ ਨਹੀਂ ਹੈ ਇਹਦੇ ਵਿੱਚ ਕਿੰਨੀ ਕੀ ਸੱਚਾਈ ਹੈ ਮੈਂ ਮੈਂ ਗੁਰੂ ਨਾਨਕ ਦੇਵ ਜੀ ਦੀ ਫਲਸਫੀ ਤੇ ਬਲੀਵ ਕਰਦਾ ਆਪਣ ਹੱਥੀਂ ਆਪਣਾ ਆਪੇ ਹੀ ਕਾਂਚ ਸਵਾਰੀਏ ਅਸੀਂ ਟੋਟਲੀ ਗਵਰਨਮੈਂਟਸ 'ਤੇ ਡਿਪੈਂਡ ਨਹੀਂ ਹੋ ਸਕਦੇ। ਅਗਰ ਤੁਸੀਂ ਗਵਰਨਮੈਂਟ ਦੀ ਡਿਪੈਂਡੈਂਸ ਦੀ ਗੱਲ ਕਰੋ ਤਾਂ ਮੈਨੂੰ ਹੁਣ ਤੱਕ ਚਾਹੇ ਪਹਿਲਾਂ ਅਕਾਲੀ ਗਵਰਨਮੈਂਟ ਸੀ ਜਦੋਂ ਮੈਂ ਪਹਿਲੀ ਵਾਰ ਸਰਪੰਚ ਬਣਿਆ, ਸੈਕਿੰਡ ਟਾਈਮ ਮੈਂ ਬਣਿਆ ਤਾਂ ਕਾਂਗਰਸ ਗਵਰਨਮੈਂਟ ਸੀ। ਬਟ ਇੱਕ ਸਿੰਗਲ ਪੈਣੀ ਮੈਨੂੰ ਪੰਜਾਬ ਸਟੇਟ ਨੇ ਨਹੀਂ ਦਿੱਤੀ। ਆ 5 ਸਾਲ ਦੇ ਵਿੱਚ ਸਾਡੇ ਕੋਲ ਸਾਡੇ ਕੈਬਨਿਟ ਮਿਨਿਸਟਰ ਆਏ, ਉਹਨਾਂ ਨੇ ਮੇਰਾ ਕੰਮ ਦੇਖਿਆ, ਉਹਦੀ ਬਹੁਤ ਸراہਨਾ ਕੀਤੀ। ਈਵਨ ਆਪਣੀਆਂ ਸਪੀਚਿਸ ਦੇ ਵਿੱਚ ਵੀ ਉਹ ਜਗ੍ਹਾ-ਜਗ੍ਹਾ ਕਹਿੰਦੇ ਰਹੇ ਕਿ ਤੁਸੀਂ ਸ਼ੀਨਾਪਿੰਡ ਦੇ ਮੁੰਡੇ ਤੋਂ ਕੰਮ ਸਿੱਖੋ, ਬਹੁਤ ਸੋ ਸਾਨੂੰ 10 ਲੱਖ ਇੱਕ ਹੌਸਲਾ ਫਚਾਈ ਨਾਮ ਵੀ ਦੇ ਕੇ ਗਏ ਪਰ ਉਹ ਵੀ ਨਹੀਂ ਜਾਰੀ ਹੋ ਸਕਿਆ ਕਿਉਂ ਕਿ ਗਵਰਨਮੈਂਟਸ ਦਾ ਮੰਨਣਾ ਹੈ ਕਿ ਪਹਿਲਾਂ ਝੰਡਾ ਚੱਕੋ ਸਾਡਾ ਤੇ ਫਿਰ ਤੁਸੀਂ ਪੈਸੇ ਲਓ ਬਟ ਉਹ ਸਾਡਾ ਆਪਣਾ ਰਾਈਟ ਹੈ ਹੁਣ ਫਾਈਨਾਂਸ ਕਮਿਸ਼ਨ ਹੈ ਸੈਂਟਰ ਗਵਰਨਮੈਂਟ ਦਾ ਹੈ ਉਦੇ ਵਿੱਚ ਸਾਨੂੰ ਫਿਕਸਡ ਗ੍ਰਾਂਟ ਆਣੀ ਹੈ ਪੋਪੂਲੇਸ਼ਨ ਬੇਸਡ ਗ੍ਰਾਂਟ ਆ ਸੋ ਆਪਾਂ ਗਵਰਨਮੈਂਟ ਤੇ ਟੋਟਲੀ ਡਿਪੈਂਡ ਨਹੀਂ ਹੋ ਸਕਦੇ ਸਾਨੂੰ ਖੁਦ ਕਰਨਾ ਪਊਗਾ ਤੇ ਜਦੋਂ ਤੁਸੀਂ ਖੁਦ ਬਦਲਾਵ ਵੱਲ ਜਾਓਗੇ ਚੇਂਜ ਵੱਲ ਅੱਗੇ ਵਧਣਾ ਸ਼ੁਰੂ ਕਰੋਗੇ ਡਿਵੈਲਪਮੈਂਟ ਵੱਲ ਅੱਗੇ ਵਧੋਗੇ ਤਾਂ ਡੈਫੀਨਿਟਲੀ ਰਸਤੇ ਨਿਕਲਦੇ ਆਉਣਗੇ ਤੇ ਤੁਸੀਂ ਇੱਕ ਨਾ ਇੱਕ ਦਿਨ ਮੰਜ਼ਿਲ ਤੇ ਜ਼ਰੂਰ ਪਹੁੰਚੋਗੇ ਸੋ ਤੁਹਾਡੀ ਨੀਅਤ ਪਹਿਲਾਂ ਹੋਣੀ ਚਾਹੀਦੀ ਹੈ ਇੱਕ ਚੰਗਾ ਕੰਮ ਕਰਨ ਦੀ ਐਂਡ ਤੁਸੀਂ ਇਮਾਨਦਾਰ ਹੋਣੇ ਚਾਹੀਦੇ ਹੋ ਡੈਫੀਨਿਟਲੀ ਰਸਤੇ ਜਿਹੜੇ ਆ ਉਹ ਬਣਦੇ ਜਾਣਗੇ ਫਿਰ ਵਾਗਰੋ ਤੁਹਾਡਾ ਸਾਥ ਜ਼ਰੂਰ ਦਿੰਦਾ ਬਦਲਾਵ ਦੀ ਗੱਲ ਤੁਸੀਂ ਕੀਤੀ ਐ ਕਾਫੀ ਬਿਆਨ ਭਗਵੰਤ ਮਾਨ ਦੀ ਸਰਕਾਰ ਵੀ ਕਰ ਰਹੀ ਹੈ এডੂਕੇਸ਼ਨ ਸਿਸਟਮ ਨੂੰ ਲੈ ਕੇ ਕੱਲ ਹੀ ਉਹਨਾਂ ਨੇ ਬਿਆਨ ਦਿੱਤਾ ਕਿ ਪ੍ਰਾਈਵੇਟ ਸਕੂਲਸ ਦੇ ਵਿੱਚ ਫੀਸ ਨਹੀਂ ਵਧੂਗੀ ਸੋ ਇਹ ਕਿੰਨਾ ਕੁ ਵੱਡਾ ਉਪਰਾਲਾ ਮੈਂ ਮੈਂ ਕੰਮ ਕਰ ਰਿਹਾ ਜਿਵੇਂ ਸਾਡੀ ਆਪ ਗਵਰਨਮੈਂਟ ਨੇ ਪ੍ਰਾਇੋਰਟੀ ਦੇ ਉੱਪਰ ਉਹ ਹੈਲਥ ਐਂਡ এডੂਕੇਸ਼ਨ ਰੱਖਦੇ ਆ ਸੀ 2013 ਤੋਂ ਹੈਲਥ ਐਂਡ এডੂਕੇਸ਼ਨ ਤੇ ਹੀ ਕੰਮ ਕਰ ਰਹੇ ਹਾਂ ਜੀ ਕਿਉਂਕਿ ਮੇਰੇ ਵੀ ਸੋਚਣਾ ਇਹ ਆ ਕਿ ਜਦੋਂ ਲੋਕ ਪੜ ਜਾਣਗੇ ਉਹਨਾਂ ਦੀ ਸਿਹਤ ਚੰਗੀ ਹੋਏਗੀ ਤੇ ਤਰੱਕੀ ਆਪੇ ਕਰ ਲੈਣਗੇ ਤੋ এডੂਕੇਸ਼ਨ ਦੀ ਅਗਰ ਗੱਲ ਕਰੀਏ ਤਾਂ ਗਵਰਨਮੈਂਟ ਸਕੂਲਸ ਦਾ ਬੇਸ਼ੱਕ ਸਾਡਾ ਪੰਜਾਬ ਸਟੇਟ ਜਿਹੜੀ ਹੈ ਇਹ ਕੈਪਟਨ ਸਰਕਾਰ ਦੇ ਵਿੱਚ ਪਹਿਲੇ ਨੰਬਰ ਤੇ ਆ ਗਈ ਹੈ ਇੰਡੀਆ ਦੇ ਵਿੱਚ ਬਟ ਗਰਾਊਂਡ ਦੇ ਵਿੱਚ ਕੁਝ ਨਹੀਂ ਲੰਮਦਾ ਮੇਰੇ ਪਿੰਡ ਦੀ ਗੱਲ ਕਰੋ ਤਾਂ ਇਨਫਰਾਸਟ੍ਰਕਚਰ ਦੇ ਮਾਮਲੇ ਦੇ ਵਿੱਚ ਮੇਰੇ ਪਿੰਡ ਦਾ ਸਕੂਲ ਜਿਹੜਾ ਹੈ ਉਹ ਬਹੁਤ ਪਿੱਛੇ ਆ ਬਟ ਇੱਕ ਕੁਆਲਿਟੀ ਆਫ এডੂਕੇਸ਼ਨ ਦੀ ਅਗਰ ਤੁਸੀਂ ਗੱਲ ਕਰੋ ਤਾਂ ਉਹ ਸਭ ਤੋਂ ਅੱਗੇ ਆ ਕਿਉਂਕਿ ਆਪਾਂ ਕੁਆਲਿਟੀ ਆਫ এডੂਕੇਸ਼ਨ ਪ੍ਰੋਵਾਈਡ ਕਰਦੇ ਐਂਡ ਸਾਡੀ ਪਹਿਲੀ ਪੰਚਾਇਤ ਹੈਗੀ ਆ ਜਿਹੜੀ ਬੱਚਿਆਂ ਦੇ ਸਮਰ ਕੈਂਪ ਲਾ ਰਹੀ ਆ ਸਰਕਾਰੀ ਸਕੂਲ ਵਾਲਿਆਂ ਦੇ ਬੱਚਿਆਂ ਦੇ ਐਜੂਕੇਸ਼ਨਲ ਟੂਰ ਲਗਾ ਰਹੀ ਆ ਉਹਨਾਂ ਨੂੰ ਫ੍ਰੀ ਨਿਊਟ੍ਰੀਸ਼ਨ ਪ੍ਰੋਵਾਈਡ ਕਰ ਰਹੀ ਆ ਬੱਚੇ ਅਲੱਗ-ਅਲੱਗ ਕੋਕੂਰੀਕਲ ਐਕਟੀਵਿਟੀਜ਼ ਜਿ ਵਿੱਚ ਪਾਰਟਿਸਿਪੇਟ ਕਰਵਾ ਰਹੀ ਆ ਹੈਲਥ ਨਾਲ ਰਿਲੇਟਡ ਅਸੀਂ ਟਾਈਮ ਟੂ ਟਾਈਮ ਮੈਡੀਕਲ ਕੈਂਪ ਲਗਾ ਰਹੇ ਆ ਲੋਕਾਂ ਦੀ ਹਰ ਪੱਖ ਤੋਂ ਸਪੋਰਟ ਕਰ ਰਹੇ ਆ ਸੋ ਅਗਰ ਇਹ ਦੋਨਾਂ ਚੀਜ਼ਾਂ ਤੇ ਕੰਮ ਹੋ ਜਾਂਦਾ ਅਗਰ ਲੂਪ ਹੋਲਸ ਦੀ ਹੈ ਤੁ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਥਰ ਆ ਸੈਵਰਲ ਲੂਪ ਹੋਲ ਉਹਨਾਂ ਨੂੰ ਅਸੀਂ ਇੱਕ ਇੱਕ ਕਰਕੇ ਅਗਿਆ ਸਾਡੀ ਆਉਣ ਵਾਲੀ ਸਰਕਾਰ ਜਿਹੜੀ ਉਹਨੂੰ ਕੱਢ ਦਿੰਦੀ ਹੈ ਇਹਨਾਂ ਦੋਨੋਂ ਚੀਜ਼ਾਂ ਚੰਗੀਆਂ ਹੋ ਜਾਂਦੀਆਂ ਤਾਂ ਮੈਂ ਸਮਝਦਾ ਕਿ ਅਸੀਂ ਪੂਰੇ ਵਾਰਡ ਦੇ ਵਿੱਚ ਸਭ ਤੋਂ ਨੰਬਰ 1 ਸੂਬਾ ਬਣ ਕੇ ਉੱਪਰ ਕੇ ਸਾਹਮਣੇ ਆਵਾਂਗੇ ਜੀ ਬਿਲਕੁਲ ਅੱਛਾ ਪੰਜਾਬ ਦੇ ਵਿੱਚ এমਪਲੋਇਮੈਂਟ ਓਪਰਚ्युनिटीज ਤੇ ਬ੍ਰੇਨ ਡレイン ਨੂੰ ਤੁਸੀਂ ਕਿਦਾਂ ਰਿਲੇਟ ਕਰਦੇ ਹੋ ਮੈਂ ਮੈਂ ਬਹੁਤ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੈਂ ਵੀ ਆਸਟ੍ਰੇਲੀਆ ਰਿਟਰਨ ਆਪਾਂ ਕਰ ਰਹੇ ਹਾਂ ਕੁਝ ਤੇ ਡੈਫੀਨਿਟਲੀ ਸਾਨੂੰ ਕੁਝ ਕਰਨਾ ਚਾਹੀਦਾ ਬਟ ਜਿਹੜੇ ਸਾਡੇ ਜੰਗਸਟਰਸ ਆ ਉਹਨਾਂ ਦੇ ਮਾਇਨਤ ਕੀ ਵਜ੍ਹਾ ਕੀ ਹੁੰਦੀ ਹੈ ਮੈਨੂੰ ਲੱਗਦਾ ਹੈ ਕਿ ਸ਼ਾਇਦ ਇੱਕ ਜਿਵੇਂ ਮੇਰੀ 7th ਕਲਾਸ ਦੇ ਵਿੱਚ ਕੱਸਦਾ ਨਾ ਤਾਂ ਉਹਨੂੰ ਜਦੋਂ ਮੈਂ 7th ਕਲਾਸ ਤੋਂ ਪੁੱਛਦਾ ਸੀ ਕਿ ਤੂੰ ਕੀ ਕਰਨਾ ਕੀ ਬਣਨਾ ਵੱਡੇ ਹੋ ਕੇ ਐਂਡ ਉਹ ਕਹਿੰਦੀ ਹੁੰਦੀ ਸੀ ਕਿ ਮੈਂ ਆਇਲਸ ਕਰਕੇ ਬਾਹਰ ਜਾਣਾ ਕਲਚਰ ਬਣ ਚੁੱਕਿਆ ਸੋ ਅਸੀਂ ਆਇਲਸ ਨੂੰ ਇੱਕ ਬੜੀ-ਬੜੀ ਡਿਗਰੀ ਬਣਾ ਕੇ ਬੈਠ ਚੁੱਕੇ ਹਾਂ ਜਿਹੜਾ ਮੁੰਡਾ ਨਹੀਂ ਕਰ ਸਕਦਾ ਉਹ ਨਹੀਂ ਪੜਿਆ ਹੋਗਾ ਉਹਨੂੰ ਨਹੀਂ ਨੌਲੇਜ ਹੈਗੀ ਐਂਡ ਅਗਰ ਕੁੜੀ ਨੇ ਆਇਲਸ ਕੀਤੀ ਐਂਡ ਉਹਦੇ ਲਾਗੇ ਤੁਸੀਂ ਇੱਕ ਪੀਐਸਟੀ ਹਾਂ ਫਿਰ ਵਿਆਹ ਦਾ ਵੀ ਕ੍ਰਾਈਟੇਰੀਆ ਇਹ ਹੁੰਦਾ ਵੀ ਕੁੜੀ ਨੇ ਆਇਲਸ ਕੀਤੀ ਬਿਲਕੁਲ ਉਹਨੇ ਕਿਹਾ ਕਿ ਨਹੀਂ ਮੈਂ ਆਇਲਸ ਵਾਲੀ ਕੁੜੀ ਨੂੰ ਚੂਜ਼ ਕਰਾਂਗਾ ਸ ਨੂੰ ਆਈ ਡੋਨਟ نو ਲੋਕਾਂ ਨੇ ਇੱਕ ਜਸਟ ਟੈਸਟ ਆ ਲੋਕਾਂ ਨੇ ਕਿਉਂ ਇੰਨੀ ਪ੍ਰਾਇੋਰਟੀ ਇਹਨੂੰ ਦੇਤੀ ਹੈ ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਸਾਡਾ ਸ਼ਾਇਦ ਇਹ ਹੈ ਕਿ ਅਨਐਮਪਲॉयਮੈਂਟ ਲੋਕ ਆਪਣੀ ਪਸੰਦੀ ਦੀ ਜੌਬ ਚਾਹੁੰਦੇ ਆ ਬਟ ਉਹਨਾਂ ਨੂੰ ਮਿਲ ਨਹੀਂ ਸਕਦੀ ਸੋ ਅਗਰ ਆਪਾਂ ਉਹਨਾਂ ਨੂੰ ਇੱਥੇ ਉਹ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡ ਕਰਵਾ ਦਈਏ ਅਗਰ ਉਹਨਾਂ ਨੂੰ ਆਪਾਂ ਸਮਾਲ ਸਕੁਅਰ ਇੰਡਸਟਰੀਜ਼ ਦੇ ਨਾਲ ਉਹਨਾਂ ਨੂੰ ਇੰਪੈਨਲ ਕਰ ਦਈਏ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਸ ਆ ਜਿੰਨਾਂ ਦੇ ਵਿੱਚ ਉਹਨਾਂ ਨੂੰ ਸਬਸਿਡੀ ਦੇ ਉੱਪਰ ਆਪਣਾ ਕੰਮ ਖੋਲ੍ਹ ਸਕਦੇ ਆ ਕਿਉਂਕਿ ਜੌਬ ਨਾਲੋਂ ਅਗਰ ਤੁਸੀਂ ਖੁਦ ਦਾ ਕੰਮ ਕਰਦੇ ਹੋ ਤੇ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਸ਼ਾਨ ਨਾਲ ਕਰ ਸਕਦੇ ਹੋ ਕਿਸੇ ਦੇ ਅੰਡਰ ਨਹੀਂ ਕਰ ਰਹੇ ਲੇਕਿਨ ਲੋਕੋ ਕੋ ਨਾ ਸਕੀਮਾ ਪ੍ਰਤੀ ਅਵੇਅਰ ਨਹੀਂ ਹੈਗੇ ਜਾਂ ਮੈਂ ਕਹਿ ਸਕਦਾ ਕਿ ਗਵਰਨਮੈਂਟ ਹੀ ਨਹੀਂ ਚਾਹੁੰਦੀ ਕਿ ਅਸੀਂ ਉਹਨਾਂ ਸਕੀਮਾ ਪ੍ਰਤੀ ਇਹਨਾਂ ਨੂੰ ਜ਼ਿਆਦਾ ਅਵੇਅਰ ਕੀਤਾ ਜਾ ਸਕੇ ਸੋ ਅਗਰ ਆਪਾਂ ਉਹਨਾਂ ਨੂੰ ਐਦਾਂ ਦੀ ਫਾਈਨੈਂਸ਼ੀਅਲੀ ਸਪੋਰਟ ਕਰਦੇ ਆਂ ਥਰੂ ਸਕੀਮਸ ਉਹਨਾਂ ਨੂੰ ਆਪਾਂ ਅੰਗੇਜ ਕਰਦੇ ਆਂ ਜਾਂ ਅਸੀਂ ਉਹਨਾਂ ਨੂੰ ਇੱਥੇ ਇਮਪਲॉयਮੈਂਟ ਦੇ ਜਿਵੇਂ ਸੋਰਸਿਸ ਆ ਉਹ ਜ ਆ ਆਣਾ ਸ਼ੁਰੂ ਹੋਣਗੇ ਤਾਂ ਫਿਰ ਬ੍ਰੇਨ ਡ੍ਰੇਨ ਨੂੰ ਫਿਰ ਹੀ ਖਤਮ ਕੀਤਾ ਜਾ ਸਕਦਾ ਹੈ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੇਰੇ ਪਿੰਡ ਦੇ ਵਿੱਚ 12 ਲੋਕਾਂ ਨੇ ਇਸ ਵਾਰ ਪਾਸ 2 ਕੀਤੀ ਐਂਡ ਯੂ ਕੈਨਟ ਇਮੈਜਨ ਕੋ 10 ਲੋਕ ਬਾਹਰ ਚਲੇ ਗਏ ਐਂਡ ਦੋ ਲੋਕ ਪਤਾ ਕਿਉਂ ਰੇ ਆ ਇੱਕ ਦੇ ਕੋਲ ਫੰਡਸ ਨਹੀਂ ਹੈਗੇ ਬਾਹਰ ਜਾਣ ਲਈ ਤੇ ਦੂਸਰੇ ਦਾ ਵੀਜ਼ਾ ਰਿਫਿਊਜ਼ ਹੋ ਗਿਆ ਸੋ ਇਥੋਂ ਹੀ ਮੈਂ ਸੋਚਦਾ ਐ ਕਿ ਆਪਾਂ ਇਹਨਾਂ ਨੂੰ ਕਿੱਦਾਂ ਬਦਲ ਸਕਦੇ ਆ ਬਟ ਮੈਂ ਉਹਨਾਂ ਨੂੰ ਅਜੇ ਤੱਕ ਬਦਲ ਨਹੀਂ ਸਕਿਆ ਸੋ ਇਹਦੇ ਲਈ ਅਗਰ ਗਵਰਨਮੈਂਟ ਕੋਈ ਇਨੀਸ਼ੀਏਟਿਵ ਲੈਂਦੀ ਆ ਤਾਂ ਅਸੀਂ ਬ੍ਰੇਨ ਡ੍ਰੇਨ ਨੂੰ ਖਤਮ ਕਰ ਸਕਦੇ ਆ ਨਹੀਂ ਤੇ ਜਿਹੜੀ ਮੇਰੀ 150 ਵਿਲੇजेस ਦੇ ਵਿੱਚ ਕੀਤੀ ਇਸੇ ਤੇ ਉਹਦੇ ਵਿੱਚ ਮੈਂ 232 ਤੱਕ ਇਹ ਡੈਫੀਨੇਟਲੀ ਲਿਖ ਕੇ ਦਿੱਤਾ ਹਾਂ ਕਿ ਸਾਡਾ ਸੂਬਾ ਜਿਹੜਾ ਹੈ ਅੱਧ ਖੜਾ ਦਾ ਸੂਬਾ ਰਹਿ ਜਾਏਗਾ ਇੱਥੇ ਤੁਹਾਨੂੰ ਨੌਜਵਾਨ ਉਹ ਲੱਭਣਗੇ ਜਿਹੜੇ ਲੇਬਰ ਕਲਾਸ ਦੇ ਵਿੱਚ ਆ ਬਾਕੀ ਸਾਰੇ ਤੁਹਾਨੂੰ ਵੱਧ ਖੜ ਲੱਭਣਗੇ ਤੁਹਾਨੂੰ ਇੱਥੇ ਪੜੇ ਲਿਖੇ ਨੌਜਵਾਨ ਜੜੇ ਉਹ ਨਹੀਂ ਮਿਲਣਗੇ ਤੁਸੀਂ ਕਿਹੜੇ ਵਾਸਤੇ ਤਰੱਕੀ ਸੋਚ ਰਹੇ ਹੋ ਕਾਦੇ ਵਾਸਤੇ ਅਸੀਂ ਤਰੱਕੀ ਕਰ ਰਹੇ ਹਾਂ ਜਦ ਅਸੀਂ ਉਹਨਾਂ ਨੂੰ ਇੱਥੇ ਰੱਖ ਹੀ ਨਹੀਂ ਰਹੇ ਸੋ ਇਹਦੇ ਉੱਪਰ ਪ੍ਰਾਇੋਰਟੀ ਦੇ ਉੱਪਰ ਕੰਮ ਹੋਣਾ ਚਾਹੀਦਾ ਐਂਡ ਮੈਨੂੰ ਆਸ ਵੀ ਹੈ ਜਿਵੇਂ ਭਗਵੰਤ ਮਾਨ ਜੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹੁਣ ਬਿਆਨ ਦਿੱਤਾ ਸੀ ਕਿ ਉਹ ਡੈਫੀਨੇਟਲੀ ਕੁਝ ਕਰਨਗੇ ਤੇ ਲੋਕਾਂ ਦੀ ਇੱਧਰ ਨੂੰ ਅਸੀਂ ਉਹਨਾਂ ਨੂੰ ਜੜਾ ਸੈਟਲਟ ਕਰਾਂਗੇ ਤੇ ਬ੍ਰੇਨ ਡੇਨ ਨੂੰ ਖਤਮ ਕਰਾਂਗੇ ਰੂਰਲ ਡਿਵੈਲਪਮੈਂਟ ਤੇ ਤੁਸੀਂ ਕਾਫੀ ਕੰਮ ਕੀਤਾ ਪੰਥ ਜੀ ਹਾਲੇ ਹੀ ਜਿਹੜਾ ਸੈਂਟਰ ਨੇ ਹਦਾਇਤ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਰੂਰਲ ਡਿਵੈਲਪਮੈਂਟ ਫੰਡ ਸਿਰਫ ਡਿਵੈਲਪਮੈਂਟ ਪਰਪਸਸਿਸ ਲਈ ਯੂਜ਼ ਕੀਤਾ ਜਾਵੇ ਉਹ ਫੰਡ ਡਾਇਵਰਟ ਨਾ ਕੀਤਾ ਜਾਵੇ ਉਹਨੂੰ ਤੁਸੀਂ ਕਿਦਾਂ ਦੇਖਦੇ ਹੋ ਮਮ ਦੇਖੋ ਮਹਾਤਮਾ ਗਾਂਧੀ ਦਾ ਮੰਨਣਾ ਹੈ ਕਿ ਭਾਰਤ ਦੇਸ਼ ਪਿੰਡਾਂ 'ਚ ਵੱਸਦਾ ਐ ਐਂਡ ਜਦੋਂ ਤੱਕ ਅਸੀਂ ਆਪਣੇ ਪਿੰਡਾਂ ਨੂੰ ਸ਼ਹਿਰਾਂ ਦੇ ਹਾਨੀ ਨਹੀਂ ਬਣਾ ਲੈਂਦੇ ਉਦੋਂ ਤੱਕ ਅਸੀਂ ਤਰੱਕੀ ਨਹੀਂ ਸੋਚ ਸਕਦੇ ਸਾਡੀ ਮੈਜੋਰਿਟੀ ਆਫ ਪਪੂਲੇਸ਼ਨ ਜਿਹੜੀ ਪਿੰਡਾਂ ਵਿੱਚ ਰਹਿ ਰਹੀ ਆ ਪਿੰਡਾਂ ਦਾ এনवायरमेंट ਪਿੰਡਾਂ ਦਾ ਕਲਚਰ ਪਿੰਡਾਂ ਦਾ ਰੈਂਡ ਸੈਂਡ ਸਭ ਕੁਝ ਅਗਰ ਗੱਲ ਕਰੀਏ ਦੇ ਆਰ ਬਹੁਤ ਈਜ਼ੀ ਸੇਫ ਸਭ ਕੁਝ ਸ਼ਹਿਰਾਂ ਨਾਲੋਂ ਵਧੀਆ ਹੈਗਾ ਬਟ ਕਿਤੇ ਨਾ ਕਿਤੇ ਆਪਾਂ ਮੋਡਰਨਾਈਜੇਸ਼ਨ ਦੇ ਚੱਕਰ ਦੇ ਵਿੱਚ ਪਿੰਡਾਂ ਨੂੰ ਇਗਨੋਰ ਕਰ ਰਹੇ ਆ ਜੀ ਬਹੁਤ ਹੁੰਦਾ ਆ ਪਿਛਲੀਆਂ ਸਰਕਾਰਾਂ ਵਿੱਚ ਵੀ ਫਾਈਨਾਂਸ ਕਮਿਸ਼ਨ ਜਿਹੜਾ ਉਹ ਪਿੰਡਾਂ ਲਈ ਜਾਂਦਾ ਜਿਹੜਾ ਪੋਪੂਲੇਸ਼ਨ ਬੇਸਡ ਗ੍ਰਾਂਟ ਹੁੰਦੀ ਆ ਬਟ ਸਾਡੀਆਂ ਸਰਕਾਰਾਂ ਕਿਸੇ ਹੋਰ ਪਰਪਸ ਲਈ ਯੂਜ਼ ਕਰ ਲੈਂਦੀਆਂ ਆ ਆਰਡੀਐਫ ਆ ਕਿਸੇ ਹੋਰ ਕੰਮ ਲਈ ਇਹਨੂੰ ਕਨਵਰਟ ਕਰ ਲਿਆ ਜਾਂਦਾ ਸੋ ਜਦੋਂ ਰੂਰਲ ਡਿਵੈਲਪਮੈਂਟ ਦਾ ਹਿੱਸਾ ਰੂਰਲ ਡਿਵੈਲਪਮੈਂਟ ਦੇ ਉੱਪਰ ਹੀ ਲੱਗੂਗਾ ਤਾਂ ਅਸੀਂ ਆਪਣੇ ਜਿਹੜੇ ਮਹਾਤਮਾ ਗਾਂਧੀ ਉਹਨਾਂ ਦਾ ਸੁਪਨਾ ਵੀ ਪੂਰਾ ਕਰਾਂਗੇ ਭਗਤ ਸਿੰਘ ਦਾ ਸੁਪਨਾ ਵੀ ਪੂਰਾ ਕਰਾਂਗੇ ਤਾਂ ਅਸੀਂ ਪਿੰਡਾਂ ਨੂੰ ਸਮੇਂ ਦੇ ਹਾਣੀ ਬਣਾ ਸਕਾਂਗੇ ਅਗਰ ਉਹਨਾਂ ਨੂੰ ਸਾਰੀਆਂ ਬੇਸਿਕ ਕਮਿਨਿਟੀਜ਼ ਪਿੰਡਾਂ ਦੇ ਵਿੱਚ ਮਿਲ ਜਾਣ ਕਿਉਂਕਿ ਦੇਖੋ ਅਗਰ ਆਪਾਂ ਪਿੰਡਾਂ ਦੀ ਤਰੱਕੀ ਨਹੀਂ ਕੀਤੀ ਤਾਂ ਸ਼ਹਿਰਾਂ ਦੇ ਉੱਪਰ ਜਿਹੜਾ ਇ ਜਿਹੜੇ ਲੋਕ ਇੱਥੇ ਆ ਕੇ ਪਲਾਨ ਕਰਨਗੇ ਉਹ ਕਿੱਦਾਂ ਸਭਾਲਾਂਗੇ ਆਪਾਂ ਸੋ ਆਪਾਂ ਬੇਸਿਕ ਅਮੈਨਿਟੀਆਂ ਲੋਕਾਂ ਨੂੰ ਉੱਥੇ ਹੀ ਪ੍ਰੋਵਾਈਡ ਕਰ ਦਈਏ ਤਾਂ ਕਿ ਲੋਕ ਸ਼ਹਿਰਾਂ ਦੇ ਵਿੱਚ ਮੂਵ ਨਾ ਹੋਣ ਤੇ ਪਿੰਡਾਂ ਨੂੰ ਆਪਾਂ ਪਿੰਡ ਰਹਿਣ ਦੀਏ ਮੈਂ ਇੱਥੇ ਵੀ ਨਹੀਂ ਕਹੂੰਗਾ ਕਿ ਸ਼ਹਿਰਾਂ ਵਰਗੀਆਂ ਸਾਰੀਆਂ ਫੈਸਿਲਿਟੀਆਂ ਤੇਈਏ ਬਟ ਉਹ ਬੇਸਿਕ ਸਾਰਾ ਇਨਫਰਾਸਟ੍ਰਕਚਰ ਬੇਸਿਕ ਅਮੈਨਿਟੀਆਂ ਜਿਹੜੀਆਂ ਉਹਨਾਂ ਦਾ ਹੱਕ ਬਣਦਾ ਤਾਂ ਉਹ ਸਾਨੂੰ ਉਹਨਾਂ ਨੂੰ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਪੰਜਾਬ ਦੀ ਕਲਚਰ ਤੇ ਆਉਂਦੇ ਆ ਹਨਾ ਪੰਜਾਬ ਦਾ ਕਲਚਰ ਸਭ ਤੋਂ ਅਮੀਰ ਤੇ ਪੁਰਾਣੇ ਸੱਭਿਆਚਾਰਾਂ ਵਿੱਚੋਂ ਇੱਕ ਹੈ ਪਰ ਅੱਜ ਦੀ ਤਰੀਕ ਚ ਇੰਨਾ ਵਿਸ਼ਾਲ ਆਧੁ ਅ ਮੈਂ ਕਹਾਂਗਾ ਗਲੋਬਲਾਈਜੇਸ਼ਨ ਹੋ ਰਹੀ ਹੈ ਲੋਕ ਫੋਰਨ ਦੇ ਵਿੱਚ ਸੈਟਰ ਹੋ ਰਿਹਾ ਤਾਂ ਲੋਕ ਸ਼ਾਇਦ ਜਿਹੜੇ ਸਾਡੇ ਜੰਗਸਟਰਸ ਆ ਮੈਜੋਰਿਟੀ ਉਹ ਸਾਡੇ ਕਲਚਰ ਨੂੰ ਚੇਂਜ ਵੀ ਕਰ ਰਿਹਾ ਬਰਬਾਦ ਵੀ ਕਰ ਰਿਹਾ ਅੱਛਾ ਇਹ ਜਿਹੜਾ ਬ੍ਰਾਂਡ ਕਲਚਰ ਹੈ ਹਨਾ ਯੂਸਲੈਸ ਐਕਸਪੈਂਡੀਚਰ ਹੈ ਜਿਹੜਾ ਬੁਲਟ ਵੇਚ ਕੇ ਲੰਡੀ ਜੀਪ ਲੈ ਲੈਣੀ ਇਹਦਾ ਕਿੰਨਾ ਕੁ ਪ੍ਰਭਾਵ ਹੈਗਾ ਯੁਵਾ ਪੀੜੀ ਤੇ ਕਿਉਂਕਿ ਤੁਸੀਂ ਯੁਥਾਈ ਕਿਨੂੰ ਅ ਮੈਂ ਸਮਝਦਾ ਕਿ ਜੋ ਮਜ਼ਾ ਜੋ ਸਵਾਦ ਤੁਹਾਨੂੰ ਜ਼ਿੰਦਗੀ ਜੀਣੇ ਦਾ ਸਿੰਪਲਿਸਿਟੀ ਚ ਆਉਂਦਾ ਉਹ ਸ਼ਾਇਦ ਤੁਹਾਨੂੰ ਹੋਰ ਨਹੀਂ ਕਿਤੇ ਆ ਸਕਦਾ ਬਟ ਹਾਂ ਸ਼ੌਂਕ ਪੂਰੇ ਕਰੋ ਅਗਰ ਤੁਹਾਡੇ ਸ਼ੌਂਕ ਆ ਤੁਸੀਂ ਆਪਣੇ ਪੈਸੇ ਦੇ ਕਰੋ ਨਾ ਕਿ ਆਪਣੇ ਪੇਰੈਂਟਸ ਦੇ ਪੈਸੇ ਤੇ ਉੱਪਰ ਕਰੋ ਲੱਗਦਾ ਤੁਹਾਨੂੰ ਤੁਸੀਂ ਇੰਨਾ ਕਮਾਓ ਆਪਣੀ ਫੈਮਿਲੀ ਨੂੰ ਸਪੋਰਟ ਕਰ ਸਕੋ ਆਪਣੇ ਸ਼ੌਂਕ ਵੀ ਪੂਰੇ ਕਰ ਸਕੋ ਇਹ ਨਹੀਂ ਅਗਰ ਆਪਾਂ ਲੰਡੀ ਜੀਬ ਨਹੀਂ ਲੈਣਗੇ ਤਾਂ ਜਿਹੜੀ ਜੀਬ ਬਣਾਉਂਦੇ ਆ ਉਹਨਾਂ ਦਾ ਵੀ ਰੁਜ਼ਗਾਰ ਹੋਣਾ ਚਾਹੀਦਾ ਅਗਰ ਬਟ ਹਾਂ ਬਟ ਇੱਕ ਵਧੀਆ ਤਰੀਕੇ ਦੇ ਨਾਲ ਹੋਣਾ ਚਾਹੀਦਾ ਇੱਕ ਸਿੰਪਲਿਸਿਟੀ ਨਾਲ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਬੁਲਟ ਲਾ ਲੋ ਤੇ ਪਟਾਕੇ ਪਾ ਪਾ ਕੇ ਲੋਕਾਂ ਦਾ ਜੀਣਾ ਮੁਹਾਲ ਕਰ ਦੋ ਸੋ ਜੋ ਵੀ ਕਰਨਾ ਇੱਕ ਪ੍ਰੋਪਰ ਵੇ ਨਾ ਹੋਏ ਜਿਹਦੇ ਨਾਲ ਅਸੀਂ ਲੋਕਾਂ ਨੂੰ ਪਰੇਸ਼ਾਨ ਨਾ ਕਰ ਸਕੀਏ ਕਿਉਂਕਿ ਤੁਹਾਡੇ ਸ਼ੌਂਕ ਪੂਰੇ ਜ਼ਰੂਰ ਤੁਸੀਂ ਕਰੋ ਬਟ ਜੇ ਤੁਹਾਡੇ ਸ਼ੌਂਕਾਂ ਦੇ ਨਾਲ ਲੋਕ ਇਫੈਕਟ ਹੋ ਰਹੇ ਆ ਉਹਨਾਂ ਨੂੰ ਦਿੱਕਤ ਹੋ ਰਹੀ ਆ ਤਾਂ ਫਿਰ ਇਹੋ ਜਿਹੇ ਸ਼ੌਂਕ ਸਾਨੂੰ ਪਾ ਲੈਣੇ ਨਹੀਂ ਚਾਹੀਦੇ ਸਾਨੂੰ ਪਹਿਲਾਂ ਸੋਸਾਇਟੀ ਦਾ ਸੋਚਣਾ ਚਾਹੀਦਾ ਉਸ ਤੋਂ ਬਾਅਦ ਸਾਨੂੰ ਆਪਣੇ ਸ਼ੌਂਕਾਂ ਵੱਲ ਦੇਖਣਾ ਚਾਹੀਦਾ ਪੰਥ ਜੀ ਆਖਰੀ ਸਫਾ ਡਰੱਗਸ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਹੈ ਪੰਜਾਬ ਦੀ ਕਾਫੀ ਸਮੇਂ ਤੋਂ ਇਸ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੇਰਾ ਪਿੰਡ 2013 ਦੇ ਵਿੱਚ ਡਰੱਗ ਵਰਡ ਦੇ ਵਿੱਚ ਬਹੁਤ ਨਟੋਰੀਅਸ ਸੀ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਮਿਲਦਾ ਛੀਨਾ ਪਿੰਡ ਚੋਂ ਲੈ ਲੋ ਅਸੀਂ ਉਹਨੂੰ ਖਤਮ ਕੀਤਾ ਵੈਦ ਦਾ ਸਪੋਰਟ ਆਫ ਪੀਪਲ ਮੇਰੇ ਪਿੰਡ ਦੇ ਲੋਕ ਮੇਰੇ ਪਿੰਡ ਦੀਆਂ ਲੇਡੀਜ਼ ਡਰੱਗ ਨੂੰ ਖਤਮ ਕਰਨਾ ਆਪਾਂ ਅਗਰ ਗਵਰਨਮੈਂਟ ਦੀ ਗੱਲ ਕਰੀਏ ਗਵਰਨਮੈਂਟ ਡਰਗ ਜਿਹੜਾ ਸਾਨੂੰ ਸਪਲਾਈ ਹੋ ਰਿਹਾ ਪਿੰਡਾਂ ਦੇ ਵਿੱਚ ਹੋ ਰਿਹਾ ਸ਼ਹਿਰਾਂ ਦੇ ਵਿੱਚ ਹੋ ਰਿਹਾ ਉੱਤੇ ਸਟ੍ਰਿਕਟ ਹੋ ਸਕਦੀ ਆ ਪਰ ਜਦੋਂ ਲੋਕ ਇੱਕ ਲਹਿਰ ਬਣ ਕੇ ਚੱਲੂਗੀ ਉਹ ਕੰਮ ਉਹ ਨਹੀਂ ਈਜ਼ੀ ਹੋ ਜਾਏਗਾ ਕਿਉਂਕਿ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਸਾਰਾ ਕੁਝ ਅਸੀਂ ਗਵਰਨਮੈਂਟ ਤੇ ਨਹੀਂ ਛੱਡ ਸਕਦੇ ਅਗਰ ਗਵਰਨਮੈਂਟ ਤੁਸੀਂ ਕਿਸੇ ਨੂੰ ਕੋਈ ਡਰਗ ਬੇਚ ਰਿਹਾ ਜਾਂ ਤੁਸੀਂ ਉਹਨੂੰ ਫੜਾਉਂਦੇ ਹੋ ਪੁਲਿਸ ਦੇ ਕੋਲ ਅਗਰ ਉਹ ਕਾਰਵਾਈ ਨਹੀਂ ਕਰਦੀ ਦੈਨ ਰਿਸਪੌਂਸਿਬਲ ਆ ਸੋ ਅਗਰ ਗਵਰਨਮੈਂਟ ਜਿਹੜੀ ਮੇਨ ਸਪਲਾਈ ਆ ਰਹੀ ਆ ਉਹਨੂੰ ਰੋਕ ਦਿੰਦੀ ਆ ਜਿਹੜੀ ਥੱਲੇ ਛੋਟੀ ਮੋਟੀ ਸਪਲਾਈ ਆ ਲੋਕ ਇਕੱਠੇ ਹੋ ਕੇ ਉਹਨੂੰ ਰੋਕ ਸਕਦੇ ਆ ਸੋ ਮੇਰੇ ਪਿੰਡ ਦੇ ਵਿੱਚ ਵੀ ਲੋਕਾਂ ਦੀ ਸਪੋਰਟ ਦੇ ਨਾਲ ਅਸੀਂ ਉਹਨੂੰ ਖਤਮ ਕੀਤਾ ਸੀ ਇਕਾ ਦੁੱਕਾ ਛੱਡ ਕੇ ਮੇਰੇ ਪਿੰਡ ਦੇ ਵਿੱਚ ਹੁਣ ਕੋਈ ਸ਼ਰਾਬ ਦਾ ਠੇਕਾ ਵੀ ਨਹੀਂ ਹੈਗਾ ਇੱਕ ਦੋ ਲੋਕਾਂ ਨੂੰ ਛੱਡ ਕੇ ਜਿਹੜੇ ਕਿਉਂਕਿ ਐਲਕੋਹਲ ਜਿਹੜੀ ਆ ਉਹ ਤਾਂ ਗਵਰਨਮੈਂਟ ਵੱਲੋਂ ਲੀਗਲ ਆ ਉਹ ਹੋ ਸਕਦੀ ਆ ਬਟ ਕੋਈ ਵੀ ਬੰਦਾ ਨਸ਼ਾ ਨਹੀਂ ਕਰਦਾ ਤੇ ਕੋਈ ਵੀ ਨਸ਼ਾ ਨਹੀਂ ਵੇਚ ਰਿਹਾ ਕਿਉਂਕਿ ਅਸੀਂ ਉਹਦਾ ਪੈਂਫਲੈਟ ਜਾਰੀ ਕੀਤੇ ਸੀ ਕਿ ਅਗਰ ਕੋਈ ਨਸ਼ਾ ਵੇਚ ਰਿਹਾ ਤਾਂ ਸਾਨੂੰ ਇਨਫੋਰਮੇਸ਼ਨ ਦੋ ਅਸੀਂ ਤੁਹਾਨੂੰ 5900 ਰੁਪਏ ਇਨਾਮ ਦੇਵਾਂਗੇ ਆਨਰ ਕਰਾਂਗੇ ਐਂਡ ਜਿਹੜੇ ਛੱਡਣਾ ਚਾਹੁੰਦੇ ਉਹਨਾਂ ਦਾ ਟ੍ਰੀਟਮੈਂਟ ਵੀ ਕਰਾਵਾਂਗੇ ਸੋ ਬਹੁਤ ਸਾਰੇ ਲੋਕਾਂ ਦਾ ਟ੍ਰੀਟਮੈਂਟ ਵੀ ਕਰਵਾਇਆ ਗਿਆ ਹੈ ਜਿਹੜੇ ਵੇਚਦੇ ਸੀ ਉਹਨਾਂ ਤੇ ਕਾਰਵਾਈ ਵੀ ਕਰਵਾਈ ਗਈ ਹੈ ਐਂਡ ਉਸ ਤੋਂ ਬਾਅਦ ਫਿਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਬੈਠ ਗਿਆ ਕਿ ਇੱਥੇ ਅਗਰ ਆਪਾਂ ਕੰਮ ਕਰਾਂਗੇ ਤੇ ਪੰਚਾਇਤ ਜਿਹੜੀ ਸਾਡਾ ਸਾਥ ਨਹੀਂ ਦੇਊਗੀ ਸੋ ਗਵਰਨਮੈਂਟ ਨੂੰ ਜਿਹੜੀ ਮੇਨ ਸਪਲਾਈ ਹੈ ਅਗਰ ਉਹਨੂੰ ਖਤਮ ਕਰ ਦਿੰਦੀ ਐਂਡ ਲੋਕ ਲੋਕ ਲੈਰ ਬਣ ਕੇ ਉੱਠਣਗੇ ਤਾਂ ਡੈ ਸੋ ਅਗਰ ਸਾਡਾ ਉਧਰ ਆਪਾਂ ਉਸ ਟਾਈਮ ਤੇ ਹੀ ਉੱਥੇ ਉਹਨਾਂ ਨੂੰ ਰੋਕਿਆ ਹੁੰਦਾ ਤਾਂ ਡੈਫੀਨਿਟਲੀ ਉਹ ਲੈਂਡੋ ਵਿੰਡੋਸ ਕਦੀ ਨਾ ਬੰਦੀ ਸੋ ਉਹ ਤਰਾਸਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਜਾਬ ਕਿਤੇ ਵੀ ਜਦੋਂ ਮੈਂ ਨੈਸ਼ਨਲ ਲੈਵਲ ਦੇ ਪਲੇਟਫਾਰਮਸ ਤੇ ਜਾਂਦਾ ਤਾਂ ਮੈਨੂੰ ਆ অলਮੋਸਟ ਇਹੀ ਕੁਐਸਚਨ ਕੀਤਾ ਜਾਂਦਾ ਕਿ ਪੰਜਾਬੇ ਨਸ਼ਾ ਬਹੁਤ ਆ ਉਹਨਾਂ ਨਸ਼ਾ ਨਹੀਂ ਹੈਗਾ ਵਿਦੇਸ਼ਾਂ ਵਿੱਚ ਵੀ ਨਸ਼ਾ ਹੈਗਾ ਪੂਰੇ ਇੰਡੀਆ 'ਚ ਵੀ ਨਸ਼ਾ ਹੈ ਜੀ ਪੰਜਾਬ 'ਚ ਵੀ ਨਸ਼ਾ ਰਹੂਗਾ ਇਹ ਨਹੀਂ ਕਿ ਅਸੀਂ 100% ਖਤਮ ਕਰ ਦਾਂਗੇ ਪਰ ਪੋਲੀਟੀਸ਼ੀਅਨਸ ਨੇ ਆਪਣੇ ਬੈਨੀਫਿਟ ਲਈ ਪੰਜਾਬ ਨੂੰ ਇੰਨਾ ਬਦਨਾਮ ਕਰ ਦਿੱਤਾ ਕਿ ਸਾਡਾ ਸਿਰ ਝੁੱਕ ਜਾਂਦਾ ਬਿਲਕੁਲ ਬਟ ਕਿਸਾਨ ਅੰਦੋਲਨ ਨੇ ਪੰਜਾਬ ਦੀ ਕਿਮਤ ਜੜੀ ਹੈ ਉਹ ਦੁਬਾਰਾ ਖੜੀ ਕੀਤੀ ਹੈ ਐਂਡ ਲੋਕ ਪੰਜਾਬ ਨੂੰ ਇੱਕ ਵਧੀਆ ਤਰੀਕੇ ਨਾਲ ਫਿਰ ਤੋਂ ਦੇਖ ਰਹੇ ਆ ਲੋਕ ਕਲਿਆਰ ਬਣੇਗੀ ਤਾਂ ਨਸ਼ਾ ਡੈਫੀਨਿਟਲੀ ਖਤਮ ਹੋ ਜਾਏਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਪੰਥ ਜੀ ਮੋ ਪਾਵਰ ਟੂ ਯੂ ਵੀ ਆਰ ਰੀਲੀ ਪ੍ਰਾਊਡ ਆਫ ਯੂ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਸੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਚਿਹਰੇ ਦੇ ਨਾਲ ਨਵੀਂ ਇਨਸਪੀਰੇਸ਼ਨ ਦੇ ਨਾਲ ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਾਸ਼ਿਕਾ